Thank you.
ਸਤਿ ਗੁਰ
ਰਾਗ ਉਤਰਨ ਕੇ
ਕਥਾ ਭਗਵ ਜਿਸ ਪ੍ਰਕਾਰ ਗੁਰੂ ਨਾਨਕ ਲਈ ਧਿਆਵੇ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਗੁਣ ਸਹਾਰੇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਪਿੱਠ ਹੈ ਸਭ ਦੁੱਖ ਜਾਏ ਏਕ ਬਹਾਦਰ ਸਿਮਰੇ ਹੈ ਕਰਨਾ ਨਿਰਦਿਆ ਦੇ ਧਾਰੇ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਥਾਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਕਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬੰਨ ਛਪਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੱਖਾਂ ਸਿੱਖਣੀਆਂ ਨੇ ਧਰਮ ਹੇਕ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਵਾਈਆਂ ਚਰਖੀਆਂ ਤੇ ਕੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਰਸਾ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੰਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੰਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਅਹਾਂ ਤਹਾਂ ਰੁੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਜੀ ਕੇ ਬੋਲ ਬਾਣੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਪ੍ਰਵੇਖ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਹੋਵੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਨ ਮਤ ਰੁਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮਾਂ ਨੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਆਉਂਦਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ
ਆਪ ਜੀ ਦੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀਓ, ਆਪ ਜੀ ਵੱਲੋਂ ਸਾਜੀ ਨਿਵਾਜੀ ਜਥੇਬੰਦੀ ਦਮਦਮੀ ਕਛਾ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਮੰਦਰਾਂ ਵਾਲੇ ਸਮੂਹ ਜਥੇਬੰਦੀ ਵੱਲੋਂ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਪਰਸੋਂ ਲੋਕ ਤੋਂ ਲੈ ਕੇ ਆਪ ਜੀ ਦੀ ਪਾਵਨ ਪਵਿੱਤਰ ਧੁਰਤੀ ਬਣ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ। ਆਪ ਜੀ ਦੀ ਅਥਾਰ ਕਿਰਪਾ ਹੋਈ, ਸਤਿਗੁਰੂ ਜੀ ਨਿਰਵਿਘਨਤਾ ਸਾਹਿਤ ਸੰਪੂਰਨਤਾ ਹੋਈ, ਭੋਗ ਪਾਈ ਗਏ, ਬਾਣੀ ਪੜ੍ਹਦੇ ਹਾਂ, ਪਾਵਨ ਹਰਿਮੰਦਰ ਵਿਚਰਦੇ ਹਾਂ, ਸੇਵਾ ਕਰਦੇ ਹਾਂ, ਮਨ ਵਾਣੀ ਸਰੀਰ ਕਰਕੇ ਹੋਈਆਂ ਗੁਰਾਂ ਦੀ ਕਿਰਪਾ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਅੱਗੇ ਵਾਸਤੇ ਸੁਮਤ ਪਾਤਸ਼ਾਹੀ ਬੜੀ ਸੋਹਣੀ ਬਾਣੀ ਦਾ ਭਾਰ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ, ਸੰਗਤਾਂ ਦੀ ਹਾਜ਼ਰੀ ਢੇਰਾ ਦਰ ਪ੍ਰਵਾਨ ਕਰਨੀ, ਸਭਨਾ ਦਾ ਚੱਲਿਆ ਕਦਮ ਕਦਮ ਰੇਖੇ ਵਿੱਚ ਲਾਉਣਾ, ਦਰੋਂ ਕਰੋ ਸਿੱਖੀ ਸਿਰ ਭਰੋਸਾ ਨਾਮ ਦੀ ਦਾਤ ਦੇ ਨਿਵਾਜਣਾ ਦਇਆ ਕਰਨੀ, ਮਹਾਂਪੁਰਖਾਂ ਦੇ ਸੀਸ ਦੇ ਮਿਹਰ ਪਿਆਰ ਰੱਖਣਾ, ਸਮੁੱਚੇ ਜਥੇਬੰਦੀ ਦੇ ਸੀਸ ਦੇ ਮਿਹਰ ਪਿਆਰ ਹੱਥ ਰੱਖ ਕੇ ਆਪਣੇ ਦਰੋਂ ਕਰੋ ਨਾਮ ਦੀ ਦਾਤ ਸੇਵਾ ਸਮਰਨ ਦੀਆਂ ਦਾਤਾਂ ਦੇ ਕੇ ਸੁੰਦਰ ਮਾਲੇ ਭਏ ਨਾਏ ਦਰਬੰਦੀ ਕਾਰ ਕਰੋ, ਸਭਨਾ ਦੇ ਲੋਕ ਰੂਪ ਵਿੱਚ ਪੜਦੇ ਖੀਰੇ ਸਤਿਗੁਰੂ ਜੀ ਭੋਗ ਨੂੰ ਮੁੱਖ ਰੱਖਦੇ ਹਾਂ ਤੇ ਦਿਵਿਆਂ ਦਰਦਾਂ ਵਿੱਚੋਂ ਸਭ ਬਿਨਾਏਗੀ
ਬਾਣੀ ਕਰ ਰਹੇ ਹੋ। ਸੋ ਹੁਣ ਦੇਹ ਵਰਤੇ ਹੀ ਦੇਖ ਲੈ ਉਪਰੰਤ ਸਰਬੱਤ ਸੰਗਤਾਂ ਬੇਨਤੀ ਹੈ, ਸਰਬੱਤ ਸੰਗਤਾਂ ਨੇ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਉੱਥੇ ਮਾਣਯੋਗ ਸਿੰਘ ਸਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਖਾਲਸਾ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖੰਡਰਾਂ ਵਾਲੇ ਆਪ ਸਰਬੱਤ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸੋ ਬੇਨਤੀ ਹੈ ਦੇਗ ਲੈਣ ਤੋਂ ਉਪਰੰਤ ਸਰਬੱਤ ਸੰਗਤਾਂ ਨੇ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੰਦਰ ਜਿੱਥੇ ਗੁਰੂ ਘਰ ਕੀਰਤਨ ਚੱਲ ਰਿਹਾ ਸਰਬੱਤ ਸੰਗਤਾਂ ਨੇ ਬੇਨਤੀ ਕਰਵਾਉਣੀ। ਦੂਸਰਾ ਜਿਹੜਾ ਸਾਰਾ ਚੌਂਕ ਰਾਣਾ ਹੈ ਉਹ ਤਖ਼ਤ ਸਾਹਿਬ ਵਿਖੇ ਹੋਵੇਗਾ, ਬੇਨਤੀ ਪ੍ਰਵਾਨ ਕਰਨੀ ਜੀ। ਬੇਨਤੀ ਹੈ ਬਾਕੀ ਸਿੰਘਾਂ ਨੂੰ ਹਿੰਦੀ ਉਮਰ ਪਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ ਸਤਨਾਮ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਦਰ ਦੇ ਧਾਰਮਿਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਸਿੰਘ ਪਾਤਸ਼ਾਹ ਜੀ ਉਹ ਗੁਰਫਤਿਹ ਦੀ ਸਾਂਝ ਪਾਵਨ ਨਾਲ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਆਪਾਂ ਸਾਰੇ ਰਲ ਮਿਲ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਲੋਂ ਪ੍ਰਸਾਰਿਤ ਹੋਈ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਦੀ ਚਲਾਈ ਹੋਈ ਦਮਦਮੀ ਟਕਸਾਲ, ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਮਨਾਉਂਦਿਆਂ ਹੋਇਆ ਪਰਸੋਂ ਰੋਜ਼ ਤੋਂ ਗੁਰਦੁਆਰਾ ਦਮਦਮਾ ਸਾਹਿਬ ਨੇ ਵਿਖੇ ਤੁਰਕੀ ਬਾਣ ਕੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਏ ਸਨ। ਮਰਿਆਦਾ ਮੁਤਾਬਕ ਕੁਛ ਸਮਾਂ ਪਹਿਲਾਂ ਭੋਗ ਪਏ ਨੇ।
ਬਾਬੇ ਦੋਬਾਰ ਤੱਕ ਸਾਡੇ ਜਿਹੜੇ ਸਮਾਗਮ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸ਼੍ਰੀ ਦਮਦਮਾ ਸਾਹਿਬ, ਸਤਿਕਾਰਯੋਗ ਭਾਈ ਜਸਵੀਰ ਸਿੰਘ ਜੀ ਰੋਡੇ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਤਿਕਾਰਯੋਗ ਗਿਆਨੀ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ, ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਰਤਰ ਮੈਂਬਰ ਸਾਹਿਬਾਨ, ਵਿਦਵਾਨ ਸੱਜਣ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ, ਇਹ ਸਾਰੀਆਂ ਸੰਗਤਾਂ ਨੂੰ ਮਿਲ ਆਇਆ। ਸਮਾਗਮ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਅੱਜ ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ ਹੋਰਾਂ ਦੇ ਕੋਲੋਂ ਉਹ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣਗੇ, ਪਰ ਉਸ ਤੋਂ ਪਹਿਲਾਂ ਮੈਂਬਰ ਸਾਹਿਬਾਨਾਂ ਨੂੰ ਜ਼ਰੂਰੀ ਅਜਿਹੇ ਮੈਂ ਸਤਿ ਸ਼੍ਰੀ ਅਕਾਲ ਜੀ, ਉਹਨਾਂ ਨੇ ਕਿਤੇ ਜ਼ਰੂਰੀ ਕਾਰਜਾਂ 'ਤੇ ਜਾਣਾ, ਇਸ ਕਰਕੇ ਉਹਨਾਂ ਨੂੰ ਜੋ ਤਖਤ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਹੈ, ਜੋ ਪਾਓ ਹੈ, ਉਸੇ ਸਾਹਿਬ ਜੀ ਹੋ ਰਹੀ ਉਹ ਜੋ ਹੈ ਬਖਸ਼ਿਸ਼ ਕਰਨਗੇ। ਸੰਤ ਗਿਆਨੀ ਹਰਨਾਮ ਸਿੰਘ ਜੀ ਮਹਾਂਪੁਰਸ਼, ਉਹ ਸਭ ਤੋਂ ਪਹਿਲਾਂ ਬਾਬਾ ਜੀ ਹੋਰਾਂ ਦਾ ਸਨਮਾਨ, ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰ ਬੋਲੇ ਸੋ ਨਿਹਾਲ ਸ੍ਰੀ ਅਕਾਲ। ਭਾਈ ਜੀਵਾ ਸਿੰਘ ਜੀ ਜਿਨ੍ਹਾਂ ਨੇ ਦੋ ਦਿਨ ਤੱਕ ਸਾਹਿਬ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਗਿਆਨੀ ਹਰਦੀਪ ਸਿੰਘ ਜੀ ਦਮਦਮੀ ਟਕਸਾਲ ਉਹਨਾਂ ਦਾ ਸਨਮਾਨ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਾਬਾ ਸੁਖਦੇਵ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਮੈਂ ਬੇਨਤੀ ਕਰਾਂਗਾ ਸਤਿਕਾਰ ਸਾਹਿਬ, ਆਦਰ ਸਾਹਿਬ ਅਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਹਰਜੀਤ ਸਿੰਘ ਜੀ ਨੂੰ, ਆਪ ਜੀ ਨੂੰ ਦੋ ਮਿੰਟ ਵਾਸਤੇ ਅੱਜ ਸ਼ੁਭ ਮੌਕੇ 'ਤੇ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ 'ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਹਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮਹਾਰਾਜ ਜੀ ਔਰ
ਆਵੇ ਚੌਥੇ ਤਖ਼ਤ ਸਾਹਿਬਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿੱਥੇ ਗੁਰੂ ਪਵਿੱਤਰ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਰਥਾਂ ਦੀ ਬਖਸ਼ਿਸ਼ ਕੀਤੀ ਔਰ ਇਹ ਬਖਸ਼ਿਸ਼ ਜੋ ਯੁੱਗ ਅੱਗੇ ਚੱਲਣ ਵਾਸਤੇ ਦਮਦਮੀ ਪ੍ਰਸਾਦ ਦੀ ਸਥਾਪਨਾ ਕੀਤੀ ਸੀ ਉਸ ਸਥਾਪਨਾ ਦਿਵਸ ਨੂੰ ਬੜੀ ਸ਼ਰਧਾ ਪੂਰਵਕ ਔਰ ਬੜੇ ਸਤਿਕਾਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਦਮਦਮੀ ਪ੍ਰਸਾਦ ਦੇ ਮੁਖੀ ਸ੍ਰੀ ਮਾਨ ਸਿੰਘ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਇਸ ਸਥਾਪਨਾ ਕਿਵੇਂ ਹੋਈ ਉਹ ਸਾਰਾ ਪ੍ਰਸੰਗ ਆਪ ਜੀ ਨੇ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਮਹਾਂਪੁਰਖਾਂ ਪਾਸੋਂ ਸਰਵਣ ਕੀਤਾ ਕੋਈ ਗੁਰਮੁਖ ਵਿਚਾਰਾਂ ਦੀ ਸਾਂਝ ਕਰਨ ਵਾਸਤੇ ਹੁਕਮ ਹੋਇਆ ਸਿਲੇਬਨ ਫਤਿਹ ਪ੍ਰਵਾਨ ਕਰਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਸਿੱਧ ਵਿਦਵਾਨ ਮੈਕਸ ਮੁੱਲਰ ਨੇ ਧਰਮ ਦੇ ਵਿਕਾਸ ਦੇ ਸੰਬੰਧ ਵਿੱਚ ਕੁਝ ਵਿਚਾਰ ਦਿੱਤੇ ਹਨ। ਉਹ ਲਿਖਦੇ ਹਨ ਕਿ ਧਰਮ ਹੌਲੀ ਹੌਲੀ ਵਿਕਸਿਤ ਹੁੰਦਾ ਹੈ ਅਤੇ ਉਹਨਾਂ ਨੇ ਇਹਦਾ ਅਧਿਐਨ ਕਰਦਿਆਂ ਬੜਾ ਸੋਹਣੇ ਵਿਚਾਰ ਦਿੱਤੇ ਬੜੇ ਵਿਸਥਾਰ ਪੂਰਵਕ ਕਿ ਕੁਝ ਧਰਮ ਇਸ ਤਰ੍ਹਾਂ ਦੇ ਹੈ ਜਿਹੜੇ ਸਿਰਫ ਸਰੀਰ ਨਾਲ ਜੁੜੇ ਹੈ ਅਤੇ ਦੁਨੀਆਂ ਦੇ ਸਰੀਰ ਦੇ ਨਾਲ ਸੰਬੰਧਾਂ ਦਾ ਜ਼ਿਕਰ ਕਰਦੇ ਹਨ ਜਿਹਨਾਂ 'ਚੋਂ ਅੱਜ ਅਸੀਂ ਕਹਿ ਸਕਦੇ ਹਾਂ ਈਸਾਈਅਤ ਹੈ ਯਹੂਦੀ ਹੈ ਇਸਲਾਮ ਹੈ। ਉਹਨਾਂ ਧਰਮਾਂ ਦੇ ਵਿੱਚ ਕਿਤੇ ਆਤਮਾ ਦੀ ਗੱਲ ਨਹੀਂ ਸਿਰਫ ਸਰੀਰ ਦੇ ਸੰਬੰਧ ਦੁਨੀਆਂ ਦੇ ਵਿੱਚ ਕਿਵੇਂ ਤੁਹਾਡਾ ਵਿਵਹਾਰ ਹੋਣਾ ਚਾਹੀਦਾ ਹੈ ਦੁਨੀਆਂ ਵਿੱਚ ਕਿਵੇਂ ਕਾਮਯਾਬ ਹੋਣਾ ਹੈ ਦੁਨੀਆਂ ਦੇ ਲੋਕਾਂ ਦਾ ਕਿਵੇਂ ਭਲਾ ਕਰਨਾ ਹੈ ਸਿਰਫ ਇੱਥੋਂ ਤੱਕ ਸੀਮਤ ਹੈ। ਕੁਝ ਇਸ ਤਰ੍ਹਾਂ ਇੱਧਰ ਜਿਹੜੇ ਸਾਡੇ ਭਾਰਤ ਦਰਸ਼ਨ ਦੇ ਅੰਦਰ ਜਿਹੜੇ ਧਰਮ ਆ ਜਾਂਦੇ ਹੈ ਜਿਨ੍ਹਾਂ ਦੇ ਅੰਦਰ ਹਿੰਦੂਇਜ਼ਮ ਹੈ ਉਹਨਾਂ ਨੇ ਆਤਮਾ ਦੀ ਗੱਲ ਕੀਤੀ ਹੈ ਕਿ ਆਤਮਾ ਹੈ ਔਰ ਆਤਮਾ ਦੀ ਸ਼ੁੱਧੀ ਵਾਸਤੇ ਆਤਮਾ ਨੂੰ ਕੀ ਬੰਧਨ ਪਏ ਹੋਏ ਹੈ ਉਹਨਾਂ ਦੀ ਬਹੁਤ ਵਿਸਥਾਰ ਪੂਰਵਕ ਹਿੰਦੂਇਜ਼ਮ ਦੀ ਫਿਲੋਸਫੀ ਦੇ ਅੰਦਰ ਚਰਚਾ ਤੁਹਾਨੂੰ ਮਿਲੇਗੀ। ਤਾਂ ਜਦੋਂ ਉਹਨਾਂ ਨੇ ਆਤਮਾ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਹ ਸਿਧਾਂਤ ਦਿੱਤਾ ਇਹ ਵਿਚਾਰ ਦਿੱਤਾ ਕਿ ਆਤਮਾ ਨੂੰ ਸਭ ਤੋਂ ਵੱਧ ਬੰਧਨ ਜਿਹੜਾ ਹੈ ਉਹ ਹੈ ਕਿ ਸਾਡਾ ਸੰਸਾਰ ਨਾਲ ਜਿਹੜਾ ਸੰਬੰਧ ਹੈ ਉਹ ਬਹੁਤ ਦ੍ਰਿੜ ਪੂਰਵਕ ਹੋ ਗਿਆ ਹੈ ਔਰ ਆਤਮਾ ਦੀ ਮੁਕਤੀ ਵਾਸਤੇ ਔਰ ਆਤਮਾ ਨੂੰ ਇਸ ਬੰਧਨ ਤੋਂ ਛੁਡਾਉਣ ਦੇ ਲਈ ਇਹ ਸੰਸਾਰ ਦਾ ਤਿਆਗ ਕਰਨ ਦਾ ਉਹ ਜ਼ਿਕਰ ਕਰਦੇ ਹਨ। ਲੇਕਿਨ ਦੁਨੀਆਂ ਦੇ ਵਿੱਚ ਅਸੀਂ ਧਰਮਾਂ ਦਾ ਇਸ ਤਰ੍ਹਾਂ ਅਧਿਐਨ ਕਰੀਏ ਤੇ ਨਾ ਤਾਂ ਜਿਹੜੇ ਲੋਕ ਸਰੀਰ ਨਾਲ ਜੁੜ ਕੇ ਗੱਲ ਕਰਦੇ ਸੀ ਉਹ ਪੂਰਨ ਤੌਰ 'ਤੇ ਆਪਣੀ ਜਿਹੜੀ ਆਸਥਾ ਸੀ ਜਾਂ ਪੂਰਨ ਤੌਰ 'ਤੇ ਧਰਮ ਦੀ ਜਿਹੜੀ ਸਰਵ ਉਚਿਤਤਾ ਸੀ ਉਹ ਪ੍ਰਾਪਤ ਕਰ ਸਕੇ ਕਿਉਂਕਿ ਉਹਨਾਂ ਵਿੱਚ ਆਤਮਾ ਦੀ ਗੱਲ ਨਹੀਂ ਸੀ। ਜਦੋਂ ਅਸੀਂ ਆਤਮਾ ਦੀ ਗੱਲ ਕਰਨ ਵਾਲੇ ਧਰਮਾਂ ਦੀ ਗੱਲ ਕਰੀਏ ਉਹ ਵੀ ਸੰਪੂਰਨਤਾ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਵਿੱਚ ਸੰਸਾਰਕ ਵਿਵਹਾਰ ਦੀ ਗੱਲ ਨਹੀਂ ਸੰਸਾਰਕ ਤਿਆਗ ਦੀ ਗੱਲ ਚੱਲਦੀ ਹੈ।
ਤਾਂ ਇਸੇ ਤਰ੍ਹਾਂ ਧਰਮ ਦਾ ਵਿਕਾਸ ਹੁੰਦਿਆਂ ਹੋਇਆਂ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਦੇ ਸਿਖਰ ਨੂੰ ਟੁੱਕਦਿਆਂ ਹੋਇਆਂ, ਧਰਮ ਜਦੋਂ ਸਿਖਰ 'ਤੇ ਪਹੁੰਚਿਆ ਤਾਂ ਇਹ ਸਿੱਖ ਧਰਮ ਦੀ ਸਥਾਪਨਾ ਹੁੰਦੀ ਹੈ, ਸਿੱਖ ਧਰਮ ਦੀ ਉਤਪਤੀ ਹੁੰਦੀ ਹੈ। ਇਹਦੇ ਵਿੱਚ ਸਰੀਰ ਦੀ ਵੀ ਗੱਲ ਹੈ, ਇਹਦੇ ਵਿੱਚ ਆਤਮਾ ਦੀ ਵੀ ਗੱਲ ਹੈ, ਇਹਦੇ ਵਿੱਚ ਸੇਵਾ ਦੀ ਵੀ ਗੱਲ ਹੈ, ਇਹਦੇ ਵਿੱਚ ਨਾਮ ਸਿਮਰਨ ਦੀ ਵੀ ਗੱਲ ਹੈ, ਇਹਦੇ ਵਿੱਚ ਭਗਤੀ ਦੀ ਵੀ ਗੱਲ ਹੈ, ਇਹਦੇ ਵਿੱਚ ਬਹਾਦਰੀ ਸੂਰਮਤਾ ਤਿਆਗ ਦੀ ਵੀ ਗੱਲ ਹੈ। ਤਕਰੀਬਨ ਦੁਨੀਆਂ ਦੇ ਸਾਰਿਆਂ ਧਰਮਾਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਸਿੱਖ ਧਰਮ ਜਿਹੜਾ ਹੈ ਉਹ ਉਤਪਤ ਹੁੰਦਾ, ਸਿੱਖ ਧਰਮ ਦੀ ਵਿਚਾਰਧਾਰਾ ਬਣਦੀ ਹੈ। ਔਰ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿੱਚ ਬਹੁਤ ਸਾਰੇ ਪਕਸ਼ ਹਨ। ਸੇਵਾ ਇੱਕ ਸਬੱਬ, ਸੇਵਾ ਇੱਕ ਇਹਦਾ ਕਾਣਾ ਹੈ, ਇਸੇ ਤਰ੍ਹਾਂ ਇਹਦਾ ਸਿਮਰਨ ਇੱਕ ਕਾਣਾ ਹੈ, ਇਸੇ ਤਰ੍ਹਾਂ ਇਹਦੀ ਇੱਕ ਤਿਆਗ ਇਹਦਾ ਕਾਣਾ ਹੈ, ਇਸੇ ਤਰ੍ਹਾਂ ਇਹਦੀ ਧਰਮ ਯੁੱਧ ਦੇ ਲਈ ਲੜਨਾ ਇਹ ਇੱਕ ਇਹਦਾ ਕਾਣਾ ਹੈ। ਬਹੁਤ ਸਾਰੇ ਸਿੱਖ ਧਰਮ ਦੀਆਂ ਵੱਖ ਵੱਖ ਸੰਪਰਦਾਵਾਂ ਦੇ ਵਿੱਚ ਇਹ ਵਿਚਾਰਧਾਰਾ ਚੱਲਦੀ ਹੈ, ਔਰ ਇਹ ਵੱਖ ਵੱਖ ਸੰਪਰਦਾਵਾਂ ਦੇ ਵਿੱਚ ਜਦੋਂ ਅਸੀਂ ਉਹਨਾਂ ਦਾ ਸਿੱਖ ਧਰਮ ਵਿੱਚ ਉਹਨਾਂ ਨੂੰ ਪੜ੍ਹਦੇ ਹਾਂ, ਜਿਵੇਂ ਸੇਵਾ ਪੰਥੀ ਮਹਾਂਪੁਰਖ ਆ ਜਾਂਦੇ ਹੈ, ਉਹਨਾਂ ਨੇ ਸੇਵਾ ਕਰਨ ਨੂੰ ਆਪਣੀ ਜ਼ਿੰਦਗੀ ਤਰਜੀਹ ਦਿੱਤੀ, ਗੁਰਬਾਣੀ ਦੀਆਂ ਪੋਥੀਆਂ ਲਿਖ ਕੇ ਸੰਗਤਾਂ ਵਿੱਚ ਪ੍ਰਚਾਰਨ ਨੂੰ ਤਰਜੀਹ ਦਿੱਤੀ, ਕਾਰ ਸੇਵਾ ਨੇ ਮਹਾਂਪੁਰਖਾਂ ਨੇ ਗੁਰੂ ਘਰ ਦੀਆਂ ਇਬਾਦਤਾਂ ਕਰਾਉਣ ਨੂੰ ਤਰਜੀਹ ਦਿੱਤੀ, ਇਸੇ ਤਰ੍ਹਾਂ ਨਿਹੰਗ ਸਿੰਘਾਂ ਨੇ ਬਾਣੀ ਨੂੰ ਜਿਹੜਾ ਸੀ ਉਹ ਪ੍ਰਚਾਰਨ ਦੀ, ਧਰਮ ਯੁੱਧ ਜਿਹੜੀ ਸੀ ਉਹ ਪਰੰਪਰਾ ਨੂੰ ਤਰਜੀਹ ਦਿੱਤੀ। ਬਹੁਤ ਸਾਰੀਆਂ ਸੰਪਰਦਾਵਾਂ ਇਹ ਸਿੱਖ ਧਰਮ ਦਾ ਹਿੱਸਾ ਬਣੀ, ਲੇਕਿਨ ਜਦੋਂ ਅਸੀਂ ਦਮਦਮੇ ਟਕਸਾਲ ਦਾ ਇਤਿਹਾਸ ਪੜ੍ਹਦੇ ਹਾਂ ਤੇ ਦਮਦਮੇ ਟਕਸਾਲ ਦੇ ਇਤਿਹਾਸ ਵਿੱਚ ਇਹ ਵਿਲੱਖਣਤਾ ਹੈ ਕਿ ਜਿਹੜਾ ਸੰਪੂਰਨ ਸਿੱਖ ਧਰਮ ਹੈ ਇਹ ਦਮਦਮੇ ਟਕਸਾਲ ਦੇ ਅੰਦਰ ਬਾਬਾ ਦੀਪ ਸਿੰਘ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਮਾਰਗੇ ਬੋਲਦੇ ਹਨ, ਜਿੱਥੇ ਪ੍ਰਚਾਰ ਦੀ ਗੱਲ ਹੈ ਸਭ ਤੋਂ ਸਿੱਖ ਧਰਮ ਦੀ ਧਰਮ ਪ੍ਰਚਾਰ ਦੀ ਅਗਰਲੀ ਭੂਮਿਕਾ ਜਿਹੜੀ ਸੀ ਉਹ ਆਦਿ ਸਮੇਂ ਤੋਂ ਦਮਦਮੇ ਟਕਸਾਲ ਨਿਭਾਉਂਦੀ ਆ ਰਹੀ ਹੈ। ਜਿੱਥੇ ਸੇਵਾ ਦੀ ਗੱਲ ਹੈ ਉੱਥੇ ਸੇਵਾ ਦੇ ਵਿੱਚ ਵੀ ਦਮਦਮੇ ਟਕਸਾਲ ਦੇ ਮਹਾਂਪੁਰਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਨੇ ਤਖ਼ਤ ਉੱਤੇ ਗੁਰਦੁਆਰੇ ਸਾਹਿਬ ਦੀ ਸੇਵਾ ਕਰਵਾਈ, ਅਕਾ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੀ ਸੇਵਾ ਦੀ ਚੱਲੀ ਉਹਦੇ ਵਿੱਚ ਬਾਬਾ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਇਸੇ ਤਰ੍ਹਾਂ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੋਣਾ ਨੇ ਉਹਨਾਂ ਨੇ ਗੁਰੂ ਘਰਾਂ ਦੀ ਸੇਵਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਦੀ ਸੇਵਾ, ਫਿਰੋਜ਼ਪੁਰ ਸਾਹਿਬ ਦੀ ਸੇਵਾ, ਕਾਰ ਸੇਵਾ ਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਧਰਮ ਪ੍ਰਚਾਰ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਔਰ ਸਿੱਖੀ ਅੰਦਰ ਸਮਾਜ ਸੁਧਾਰ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਜਦੋਂ ਕਿ ਸਾਡੇ ਅੰਦਰ ਅਨੇਕ ਕੁਰੀਤੀਆਂ ਚੱਲ ਰਹੀਆਂ ਸੀ, ਹਰ ਕੁਰੀਤੀ ਸਿੱਖ ਧਰਮ ਦੇ ਹਰ ਕਿਸ ਮੌਕੇ ਵਿੱਚ ਚੁਣੌਤੀ ਆਈ, ਉਸ ਮੌਕੇ ਦਮਦਮੇ ਟਕਸਾਲ ਦੇ ਮੁਖੀ ਮਹਾਂਪੁਰਖਾਂ ਨੇ ਸਭ ਤੋਂ ਅੱਗੇ ਝੰਡਾ ਪਕੜ ਕੇ ਅਤੇ ਇਹਨਾਂ ਕੁਰੀਤੀਆਂ ਦੇ ਖਿਲਾਫ ਵੀ ਆਪਣੀ ਜਿਹੜੀ ਸੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਧਰਮ ਦੇ ਧਰਮ ਵਾਸਤੇ ਧਰਮ ਜੋਤੀ ਲੋੜ ਪਈ, ਦਮਦਮੇ ਟਕਸਾਲ ਦੇ ਮਹਾਂਪੁਰਖਾਂ ਨੇ ਉਸ ਮੌਕੇ ਵੀ ਅੱਗੇ ਹੋ ਕਰਕੇ ਧਰਮ ਯੁੱਧ ਦੇ ਵਿੱਚ ਵੀ ਆਪਣੇ ਹਿੱਸੇ ਪਾਏ ਔਰ ਸ਼ਹਾਦਤਾਂ ਪਾਈਆਂ। ਬਹੁਤ ਵੱਡੀ ਇੱਕ ਵਿਲੱਖਣ ਜਿਹੜੀ ਇਤਿਹਾਸਕ ਗੱਲ ਹੈ, ਸਿੱਖ ਧਰਮ ਦੇ ਬੜੇ ਮਹਾਂਪੁਰਖ ਹੋਏ ਹਨ, ਲੇਕਿਨ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਤੇ ਮੁਕੱਦਸ ਜੋ ਧਰਤੀ ਹੈ ਸ੍ਰੀ ਦਰਬਾਰ ਸਾਹਿਬ
ਸਾਹਿਬ ਵਿਖੇ ਉਹ ਦਰਬਾਰ ਸਾਹਿਬ ਦੇ ਪਵਿੱਤਰ ਧਰਤੀ ਦੇ ਅੰਦਰ ਜੇ ਕਿਸੇ ਸੰਸਥਾ ਨੂੰ ਜਾਂ ਕਿਸੇ ਸੰਸਥਾ ਦੇ ਮਹਾਂਪੁਰਖਾਂ ਦਾ ਕੋਈ ਅਸਥਾਨ ਬਣਿਆ ਹੈ ਤਾਂ ਉਹ ਸਿਰਫ ਅਤੇ ਸਿਰਫ ਦਮਦਮੀ ਪਟਸਾਲ ਦੇ ਮਹਾਂਪੁਰਖਾਂ ਦੇ ਅਸਥਾਨ, ਸ਼੍ਰੀਮਾਨ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਹੈ। ਸਤਿਕਾਰਯੋਗ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਸਥਾਨ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਹੈ। ਸਤਿਕਾਰਯੋਗ ਸ਼੍ਰੀਮਾਨ 20ਵੀਂ ਸਦੀ ਦੇ ਮਹਾਨ ਯੋਧੇ ਸਿੱਖ ਯੋਧੇ ਮਰਦੇ ਮੁਜਾਹਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਸ਼ਹੀਦੀ ਸਥਾਨ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬਣਿਆ ਹੈ। ਜਿੱਡਾ ਮਾਣ ਸਿੱਖ ਧਰਮ ਦੇ ਅੰਦਰ ਦਮਦਮੀ ਟਕਸਾਲ ਨੂੰ ਮਿਲਿਆ, ਇਹਦਾ ਮਾਣ ਕਿਸੇ ਹੋਰ ਸੰਪਰਦਾਇ ਨੂੰ ਕਿਸੇ ਹੋਰ ਸੰਸਥਾ ਨੂੰ ਨਹੀਂ ਮਿਲਿਆ। ਇਹ ਵੱਖਰੀ ਗੱਲ ਹੈ ਕਿ ਉਹ ਮਹਾਂਪੁਰਖ ਵੀ ਬੜੇ ਸਤਿਕਾਰਯੋਗ ਹੈ ਔਰ ਉਹਨਾਂ ਨੇ ਵੀ ਆਪਣੀਆਂ ਆਪਣੀਆਂ ਜਿਹੜੀਆਂ ਸੇਵਾਵਾਂ ਸੀ ਉਹ ਬਾਖੂਬੀ ਨਿਭਾਈਆਂ, ਲੇਕਿਨ ਸੰਪੂਰਨ ਸਿੱਖੀ ਦੀ ਸੇਵਾ ਜਿਹੜੀ ਹੈ ਉਹ ਦਮਦਮੀ ਟਕਸਾਲ ਨੇ ਕੀਤੀ ਹੈ। ਦਮਦਮੀ ਟਕਸਾਲ ਜਿਹੜੀ ਹੈ ਜਿੱਥੇ ਸਿੱਖੀ ਜੀਵਨ ਦੀ ਘਾਟ ਘੜੀ ਜਾਂਦੀ ਹੈ, ਇੱਥੇ ਸੇਵਾ ਵੀ ਸਿਖਾਈ ਜਾਂਦੀ ਹੈ, ਇੱਥੇ ਸਿਮਰਨ ਵੀ ਸਿਖਾਇਆ ਜਾਂਦਾ ਹੈ, ਇੱਥੇ ਪ੍ਰਚਾਰ ਵੀ ਸਿਖਾਇਆ ਜਾਂਦਾ ਹੈ ਔਰ ਇੱਥੇ ਇਹ ਵੀ ਸਿਖਾਇਆ ਜਾਂਦਾ ਹੈ ਕਿ ਜਿਸ ਮੌਕੇ ਜਦ ਆਪ ਕੀ ਔਤ ਪ੍ਰਧਾਨ ਬਣੇ ਅਤ ਕੀ ਲੜਨੇ ਤਬ ਜੂਝ ਮਰੋ, ਜੇ ਕਿਤੇ ਅੰਤਮ ਜਿਹੜਾ ਸੀ ਧਰਮ ਦੇ ਉੱਪਰ ਕੋਈ ਆਂਚ ਆਵੇ ਤੇ ਆਪਣੇ ਸਿਰ ਦਾ ਬਲੀਦਾਨ ਦੇ ਕੇ ਵੀ ਉਸ ਧਰਮ ਦੀ ਆਂਚ ਨੂੰ ਬਚਾਉਣ ਜਿਹੜਾ ਹੈ ਉਸ ਨੂੰ ਦੂਰ ਕਰਨਾ ਤੇ ਧਰਮ ਦੀ ਪ੍ਰਫੁੱਲਤਾ ਲਈ ਆਪਣੇ ਸਰੀਰ ਦੀ ਕਬੂਤੀ ਚ ਦੇਣੀ ਹੈ। ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਨੇ ਬਹੁਤ ਵੱਡੀਆਂ ਭੇਟਾਵਾਂ ਅਰਪਣ ਕੀਤੀਆਂ ਹਨ। ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਅਰਪਣ ਕੀਤਾ, ਕਿਸੇ ਨੇ ਹੀਰੇ ਕੋਠੀ ਅਰਪਣ ਕੀਤੇ, ਕਿਸੇ ਨੇ ਬੇਸ਼ਕੀਮਤੀ ਜਿਹੜੇ ਹਨ ਉਹ ਚੰਦੋਏ ਰੁਮਾਲੇ ਭੇਟ ਕੀਤੇ, ਲੇਕਿਨ ਦਮਦਮੀ ਟਕਸਾਲ ਨੇ ਦਰਬਾਰ ਸਾਹਿਬ ਦੇ ਵਿੱਚ ਆਪਣੇ ਸਿਰ ਭੇਟਾ ਕੀਤੇ ਹਨ। ਇਹ ਦਮਦਮੀ ਟਕਸਾਲ ਦੇ ਹਿੱਸੇ ਆਇਆ ਹੈ। ਅੱਜ ਅਸੀਂ ਉਸ ਸਿੱਖੀ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਦੀ ਸਥਾਪਨਾ ਮਨਾ ਰਹੇ ਹਾਂ। ਸਤਿਗੁਰੂ ਮਾਰੇ ਕਿਰਪਾ ਕਰ ਦਮਦਮੀ ਟਕਸਾਲ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਔਰ ਇਸ ਨੂੰ ਦਮਦਮੀ ਟਕਸਾਲ ਨੂੰ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੂੰ ਕੌਮ ਦੀ ਧਰਮ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਬਾਣ ਤੋਂ ਬਖਸ਼ ਕਰਦੇ ਰਹਿਣ। ਮੈਂ ਸਮੁੱਚੀ ਕੌਮ ਨੂੰ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਨੂੰ, ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਦੇ ਬਹੁਤ ਬਹੁਤ ਮੁਬਾਰਕਬਾਦ ਦੇਣ ਦਾ ਫਤਿਹ ਹੱਥ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਦੀਪ ਸਿੰਘ ਜੀ ਹੋਰਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਦਮਦਮੀ ਟਕਸਾਲ ਦੇ ਬਾਰੇ, ਦਮਦਮੀ ਟਕਸਾਲ ਵੱਲੋਂ ਪੁਰਾਤਨ ਸਮੇਂ ਔਰ ਮੌਜੂਦਾ ਸਮੇਂ ਦੇ ਵਿੱਚ ਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਨਿਭਾਈਆਂ ਨੇ ਉਹਦੇ ਸੰਬੰਧੀ ਆਪ ਨੂੰ ਕਾਮਨਾ ਪਾਇਆ। ਬਾਬਾ ਦੀਪ ਸਿੰਘ ਇਸ ਤਾਕਤ ਦੇ 50 ਸਾਲ ਤੋਂ ਉੱਪਰ ਜਥੇਦਾਰ ਰਹੇ ਨੇ, ਇੱਥੇ ਰਹਿੰਦੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀਆਂ 4 ਉਤਾਰੇ ਕਰਵਾਏ, ਫਿਰ ਇੱਥੇ ਰਹਿੰਦੇ ਉਹਨਾਂ ਨੇ ਖੂਹ ਲਗਵਾਇਆ, ਬੁਰਜ ਬਣਵਾਇਆ, ਗੁਰੂ ਧਾਮਾਂ ਦੀ ਸੇਵਾ ਕਰਵਾਈ। ਲੋੜ ਪਈ ਪਤਾ ਲੱਗਿਆ ਲਾਹੌਰ ਤੋਂ ਜਹਾਨ ਖਾਨ ਭਾਰੀ ਫੌਜ ਲੈ ਕੇ ਸਤਿਖੰਡ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਆ ਰਿਹਾ, ਇੱਥੇ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਅਰਦਾਸਾ ਸੋਧ ਕੇ ਸਿੰਘ ਸਿਪਾਹੀਆਂ ਨੂੰ ਨਾਲ ਲੈ ਕੇ ਚਾਲੇ ਪਾਏ ਅਤੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਦੇ ਵਿੱਚ ਆਪਣਾ ਸੀਸ ਲਾਇਆ। ਔਰ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸਮਾਂ ਨਾ ਲੰਬਾ। ਮੈਂ ਬੇਨਤੀ ਕਰਾਂਗਾ ਸਰਕਾਰ ਜੋ ਪ੍ਰਸਿੱਧ ਕਥਾ ਵਾਚਕ ਗਿਆਨੀ ਜੀਵਨ ਸਿੰਘ ਜੀ ਉਹ ਵੀ ਆਪ ਜੀ ਨੂੰ ਆ ਕੇ ਸ਼ੁਭ ਮੌਕੇ 'ਤੇ ਗੁਰਮੁਖ ਵਿਚਾਰਾਂ ਦੇ ਸਾਂਝ ਪਾਉਣਗੇ।
ਇਹ ਗੱਲ ਦੋ ਦਿਨ ਆਪ ਜੀ ਨੂੰ ਇਤਿਹਾਸ ਦੀ ਕਥਾ ਰਾਹੀਂ ਨਿਹਾਲ ਕੀਤਾ, ਸ਼ਬਦ ਦੀ ਕਥਾ ਰਾਹੀਂ ਨਿਹਾਲ ਕੀਤਾ ਹੈ। ਭਾਈ ਜੀਵਾ ਸਿੰਘ ਜੀ, ਪੰਜਾਬੀ ਦਮਦਮੀ ਪ੍ਰਸਾਦ, ਵਾਹਿਗੁਰੂ ਜੀ ਕਾ ਖਾਲਸਾ। ਇਹਨਾਂ ਮਹਾਨ ਦਿਹਾੜਿਆਂ ਤੋਂ ਬਾਅਦ
ਜੇ ਕਿਸੇ ਜਥੇਬੰਦੀ ਦੇ ਹਿੱਸੇ ਸੰਪਰਦਾ ਦੇ ਹਿੱਸੇ ਦਸਾਂ ਪਾਤਸ਼ਾਹੀਆਂ ਦੇ ਪਵਿੱਤਰ ਕਰ ਕਮਲਾਂ ਤੋਂ ਸਥਾਪਨਾ ਦਾ ਮਾਣ ਕਿਸੇ ਨੂੰ ਪ੍ਰਾਪਤ ਹੋਇਆ ਹੈ ਅਤੇ ਉਹ ਦਮਦਮੀ ਟਕਸਾਲ ਨੂੰ ਪ੍ਰਾਪਤ ਹੋਇਆ ਹੈ। ਇੱਕ ਗੱਲ ਧਿਆਨ ਦੇਣ ਵਾਲੀ ਹੈ ਵੀ ਇਹਦੀ ਸਥਾਪਨਾ ਸ਼ਬਦ ਦੀ ਸਥਾਪਨਾ ਹੈ। 1763 ਬਿਕਰਮੀ 23 ਸਾਵਣ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਇਸ ਪਵਿੱਤਰ ਸਥਾਨ ਤੇ ਹੁੰਦੀ ਹੈ, ਜਿਸ ਦਿਨ ਸ਼ਬਦ ਦੀ ਸੰਪੂਰਨਤਾ ਹੁੰਦੀ ਹੈ, ਸ਼ਬਦ ਦੀ ਸਥਾਪਨਾ ਹੁੰਦੀ ਹੈ, ਇਹਦੀ ਸਥਾਪਨਾ ਦਾ ਮਾਣ ਵੀ ਇਸੇ ਗੱਲ ਦੇ ਵਿੱਚ ਹੈ ਜੋ ਸਤਿਗੁਰੂ ਜੀ ਨੇ ਪਵਿੱਤਰ ਹੁਕਮ ਕੀਤਾ ਕਿ ਸ਼ਬਦ ਦਾ ਪ੍ਰਚਾਰ, ਸ਼ਬਦ ਦਾ ਪ੍ਰਸਾਰ। ਅੱਜ ਬੜਾ ਸ਼ਬਦ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ, ਪਰ ਇੱਕ ਗੱਲ ਦੀ ਜਿਹੜੀ ਕਮੀ ਦੇਖਣ ਨੂੰ ਮਿਲਦੀ ਹੈ, ਭਾਵੇਂ ਕਿ ਦੇਖੋ ਕਿੰਨੀਆਂ ਅੱਜ ਸਿੱਖਾਂ ਨੇ ਆਪਣੀਆਂ ਯੂਨੀਵਰਸਿਟੀਆਂ ਖੜੀਆਂ ਕੀਤੀਆਂ ਨੇ ਔਰ ਕਿੱਡੇ ਵੱਡੇ ਕਾਲਜ ਵੀ ਬਣੇ ਨੇ। ਤਕਰੀਬਨ ਅੱਜ ਹਰ ਬੱਚਾ ਵਿੱਦਿਆ ਪੜ੍ਹ ਰਿਹਾ ਹੈ, ਅਨਪੜ੍ਹ ਕੋਈ ਰਹਿਣਾ ਚਾਹੁੰਦਾ ਨਹੀਂ। ਪਰ ਬਾਵਜੂਦ ਇਸ ਵਿੱਦਿਆ ਦੇ, ਭਾਵੇਂ ਕਿ ਇਹਨਾਂ ਵਿੱਚ ਧਰਮ ਦੇ ਵਿੰਗ ਵੀ ਬਣੇ ਨੇ, ਧਰਮ ਪ੍ਰਚਾਰ ਦੀਆਂ ਚਿਹਰਾ ਵੀ ਨੇ, ਪਰ ਇੱਕ ਗੱਲ ਦੀ ਕਮੀ ਇਹਨਾਂ ਵਿੱਚ ਹੈ ਕਿ ਇਹ ਸੱਚ ਦੀ ਗੱਲ ਤਾਂ ਕਰਦੇ ਆ ਪਰ ਸੱਚ ਪੱਲੇ ਹੈ, ਇਹ ਨਾਮ ਦੀ ਗੱਲ ਤੇ ਕਰਦੇ ਆ। ਨਾਮ ਉੱਤੇ ਬੜਾ ਵੱਡਾ ਰਿਸਰਚ ਕਰਕੇ ਇੱਕ ਕਿਤਾਬ ਛਾਪ ਦੇਣਗੇ ਪਰ ਨਾਮ ਪੱਲੇ ਹੈ। ਅੰਮ੍ਰਿਤ ਦੀ ਵੀ ਗੱਲ ਕਰਦੇ ਪਰ ਅੰਮ੍ਰਿਤ ਹੈ ਨਹੀਂ, ਸੰਤੋਖ ਦੀ ਗੱਲ ਆਪਾਂ ਕਰਦੇ ਹਾਂ ਪਰ ਸੰਤੋਖ ਸਾਡੇ ਹਿਰਦੇ 'ਚ ਹੈ। ਪੁਰਾਤਨ ਜਿਹੜੀਆਂ ਗੁਰੂ ਕਾਲ ਤੋਂ ਚੱਲੀਆਂ ਹੋਈਆਂ ਸੰਸਥਾ ਨੇ, ਸੰਪਰਦਾਵਾਂ ਨੇ, ਇਹਨਾਂ ਵਿੱਚ ਇਸ ਗੱਲ ਦੀ ਬੜੀ ਮਹਾਨਤਾ ਹੈ ਵੀ ਜੇ ਇਹ ਸ਼ਬਦ ਦੀ ਗੱਲ ਕਰਨਗੇ ਤਾਂ ਇਹਨਾਂ ਦੇ ਪੱਲੇ ਸ਼ਬਦ ਦੀ ਕਮਾਈ ਵੀ ਹੋਵੇ, ਜੇ ਸੱਤ ਦੀ ਗੱਲ ਕਰਨਗੇ ਤਾਂ ਇਹ ਸੱਤ 'ਤੇ ਪਹਿਰਾ ਵੀ ਦੇਣਗੇ। ਆਹ ਜਿਹੜਾ ਫਰਕ ਹੈ ਨਾ, ਇਹ ਦੇਖਣ ਨੂੰ ਭਾਵੇਂ ਸੁਣਨ ਨੂੰ ਭਾਵੇਂ ਬੜਾ ਛੋਟਾ ਜਿਹਾ ਲੱਗੇ ਪਰ ਗੁਰਮਤ 'ਤੇ ਇਹਦੇ 'ਤੇ ਪਹਿਰਾ ਦੇਣ ਨੂੰ ਕਹਿੰਦੀ। ਦਮਦਮੇ ਟਕਸਾਲ ਦੇ ਜਿੰਨੇ ਵੀ ਮੁਖੀ ਹੋਏ ਉਹ ਤਾਂ ਗੁਰਮਤ ਅਨੁਸਾਰ ਆਪਣਾ ਜੀਵਨ ਢਾਲਿਆ। ਧਾਰਮਿਕ ਗ੍ਰੰਥਾਂ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਬੈਠੇ ਨੇ, ਸਿੱਖ ਸਾਹਿਬ ਭਾਈ ਜਸਵੀਰ ਸਿੰਘ ਜੀ ਬੈਠੇ ਨੇ, ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਬੈਠੇ ਨੇ, ਪੰਥ ਦੇ ਮਹਾਂ ਵਿਦਵਾਨ ਗਿਆਨੀ ਹਰਦੀਪ ਸਿੰਘ ਜੀ ਬੋਲ ਕੇ ਗਏ ਨੇ,
ਐਡ ਗ੍ਰੰਥੀ ਸਿੱਖ ਸਾਹਿਬ ਗਿਆਨੀ ਗੁਰਜੰਤ ਸਿੰਘ ਜੀ ਸੰਗਤ ਵਿੱਚ ਸ਼ੋਭਤ ਰਹੇ ਨੇ, ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਮਾਂਗੇਆਣਾ ਸੰਗਤ 'ਚ ਬੈਠੇ ਨੇ, ਜਥੇਦਾਰ ਭਾਈ ਸੁਖਦੇਵ ਸਿੰਘ ਜੀ ਪਰਸੋਂ ਰੋਜ਼ ਤੋਂ ਇਹ ਸਾਰੀ ਸੇਵਾ ਨਿਭਾ ਰਹੇ ਨੇ, ਉਹਨਾਂ ਨਾਲ ਭਾਈ ਬੂਟਾ ਸਿੰਘ ਜੀ, ਭਾਈ ਗੁਰਸੇਵ ਸਿੰਘ ਜੀ। ਬੇਨਤੀ ਕਰਾਂ ਕਿ ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਵਿੱਚ ਧਰਮ ਦੀ ਸਟੇਜ 'ਤੇ ਬੋਲਣ ਦਾ ਅਧਿਕਾਰ ਕਿਹਨੂੰ ਦਿੱਤਾ? ਉਪਦੇਸ਼ ਕੌਣ ਕਰ ਸਕਦਾ? ਇਸ ਹਿਸਾਬ ਨਾਲ ਜੇ ਵੇਖਿਆ ਜਾਵੇ ਤੇ ਅੱਜ ਦੇ ਸਿੱਖਾਂ ਦੇ ਵਿੱਚ 10,000 ਪ੍ਰਚਾਰਕ ਹੋਣਗੇ ਤੇ ਮੇਰੇ ਹਿਸਾਬ ਨਾਲ 1-2 ਹੀ ਰਹਿ ਜਾਣਗੇ। ਧਾਰਮਿਕ ਗ੍ਰੰਥਾਂ 'ਚ ਲਿਖਿਆ ਵਾ ਵੀ ਆਚਰੋਤੀ ਜਾਂ ਸ਼ਾਸਤਰ ਅਰਥਮ ਆਚਾਰੇ ਸਥਾਪਿਤੀ ਸਵੰ ਆਚਾਰੇ ਅਸਪਾਤ ਆਚਾਰਿਆ ਸਤੇਨ ਕਥਿਅਤ। ਜਿਹੜਾ ਪਹਿਲਾਂ ਧਾਰਮਿਕ ਗ੍ਰੰਥਾਂ ਦੇ ਨਿਚੋੜ ਨੂੰ ਸਮਝੇ, ਮੈਨੇ ਗੁਰਮਤ ਕੀ ਕਹਿੰਦੀ ਹੈ, ਗੁਰਮਤ ਦਾ ਨਿਚੋੜ ਕੀ, ਇਹਨੂੰ ਆਪਣੇ ਮਨ ਦੇ ਵਿੱਚ ਗ੍ਰਹਿਣ ਕਰੇ, ਸੰਗ੍ਰਹਿ ਕਰੇ ਆਚਰੋਤੀ, ਫਿਰ ਦੁਨੀਆਂ ਨੂੰ ਉਹਦਾ ਉਪਦੇਸ਼ ਕਰੇ ਅਤੇ ਦੁਨੀਆਂ ਨੂੰ ਕਵੇ ਵੀ ਗੁਰਮਤ ਆਹ ਗੱਲ ਕਹਿੰਦੀ ਆ, ਤੁਸੀਂ ਚੱਲੋ ਇਹਦੇ। ਅਤੇ ਤੀਸਰਾ ਫਿਰ ਜਿਹੜੀ ਗੱਲ ਉਹ ਕਵੇ ਉਹਦੀ ਕਮਾਈ ਆਪ ਵੀ ਕਰੇ, ਉਸ ਆਚਾਰ 'ਤੇ ਪਹਿਰਾ ਆਪ ਵੀ ਦੇਵੇ, ਜਿਹਦੇ ਵਿੱਚ 3 ਸ਼ਰਤਾਂ ਪੂਰੀਆਂ ਹੋਣ। ਧਾਰਮਿਕ ਗ੍ਰੰਥ ਕਹਿੰਦੇ ਸਿਰਫ ਅਤੇ ਸਿਰਫ ਬੋਲਣ ਦਾ ਅਧਿਕਾਰ ਉਹਨੂੰ, ਹੋਰ ਕਿਸੇ ਨੂੰ ਧਰਮ ਦੀ ਗੱਦੀ 'ਤੇ ਉਪਦੇਸ਼ ਦੀ ਗੱਦੀ 'ਤੇ ਬਹਿ ਕੇ ਬੋਲਣ ਦਾ ਅਧਿਕਾਰ ਨਹੀਂ। ਅਤੇ ਜੇ ਗੁਰਬਾਣੀ ਨੂੰ ਪੁੱਛੀਏ ਗੱਲ ਠੀਕ ਹੈ ਤਾਂ ਮਹਾਰਾਜ ਕਹਿੰਦੇ ਹਨ, ਅਵਰੇ ਕੋ ਉਪਦੇਸ਼ ਦੇ ਮੁੱਖ ਮੈਂ ਪਰ ਹੈ ਰੇਤ, ਰਾਸ ਦਰਾਨੀ ਰਾਖ ਦੇ ਖਾਇਆ ਘਰ ਘਰ ਖੇਤ। ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਨੇ, ਹਮੋ ਮਰਦ ਬਾਇਕ ਸ਼ਬਦ ਸੁਖਨ ਵਰ, ਨਾ ਸ਼ਿਕਵੇ ਨਿਗਰ ਦਰ ਦੇ ਹਾਲੇ ਦੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਜੋ ਮਨ 'ਚ ਹੋਵੇ ਉਹ ਜ਼ਬਾਨ 'ਤੇ ਹੋਵੇ, ਜੋ ਜ਼ਬਾਨ 'ਤੇ ਹੋਵੇ ਉਹ ਮਨ ਦੇ ਵਿੱਚ ਹੋਵੇ। ਇਸ ਗੱਲ ਵੱਲੋਂ ਟਕਸਾਲ 'ਤੇ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ। ਇਹਦਾ ਕਾਰਨ ਇਹੀ ਹੋ ਸਕਦਾ ਹੈ ਕਿ ਇਹਨੂੰ ਚਲਾਉਣ ਵਾਲੇ ਮਹਾਂਪੁਰਸ਼ ਗੁਰਮਤ ਦੇ ਪੂਰਨ ਧਾਰਨੀ ਸਨ, ਗੁਰਮਤ ਦੀ ਕਮਾਈ ਕੀਤੀ ਉਹਨਾਂ ਨੇ ਜ਼ਿੰਦਗੀ ਦੇ। ਔਰ ਫਿਰ ਤੁਸੀਂ ਇਤਿਹਾਸ ਵੱਲ ਦੇਖੋ, ਕੋਚੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪੰਥ ਨੂੰ ਪ੍ਰਭਾਵਿਤ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਤੋਂ ਬਾਅਦ ਜੇ ਸਭ ਤੋਂ ਵੱਧ ਕਿਸੇ ਨੇ ਪੰਥ ਨੂੰ ਪ੍ਰਭਾਵਿਤ ਕੀਤਾ ਤਾਂ ਉਹ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜਾਂ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ। ਹੁਣ ਤੁਸੀਂ ਉਹਨਾਂ ਤੋਂ ਬਾਅਦ ਆ ਜਾਓ, ਉਹਨਾਂ ਤੋਂ ਬਾਅਦ ਜੇ ਸਮੁੱਚੇ ਪੰਥ ਨੂੰ ਕਿਸੇ ਨੇ ਪ੍ਰਭਾਵਿਤ ਕੀਤਾ ਹੈ ਤਾਂ ਉਹ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ। ਉਹਨਾਂ ਤੋਂ ਬਾਅਦ ਕੌਣ ਹੈ? ਧੰਨ ਬਾਬਾ ਵੀਰ ਸਿੰਘ ਜੀ ਤਿਰੰਗਾ ਬਾਦਲਾ। ਉਹਨਾਂ ਤੋਂ ਬਾਅਦ ਕੌਣ ਹੈ? ਇਸ ਇਲਾਕੇ ਦੀ ਮਾਲਵੇ ਦੀ ਸਭ ਤੋਂ ਵੱਡੀ ਸ਼ਖਸੀਅਤ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤ ਵਾਲੇ।
ਉਹਨਾਂ ਤੋਂ ਉਪਰੰਤ ਠੀਕ ਹੈ ਪ੍ਰਭਾਵਿਤ ਕੀਤਾ ਆਪੋ ਆਪਣੇ ਤਰੀਕੇ ਨਾਲ, ਪਰ ਜਿਹੜੇ ਅਸੂਲ ਦਸਵੇਂ ਪਾਤਸ਼ਾਹ ਦੇ ਕੇ ਗਏ ਸੀ ਜੀ, ਉਹਨਾਂ ਅਸੂਲਾਂ ਅਨੁਸਾਰ ਖਾਲਸੇ ਦੇ ਰਾਜ ਦੀ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ, ਜੇ ਕਿਸੇ ਨੇ ਪ੍ਰਭਾਵਿਤ ਕੀਤਾ ਹੈ ਤਾਂ ਉਹ ਹੈ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਦਾ। ਉਹਨਾਂ ਤੋਂ ਵੱਧ ਕੋਈ ਵੀ ਕੌਮ ਨੂੰ ਟੁੱਟ ਨਹੀਂ ਸਕਿਆ। ਪਰ ਗੱਲ ਕਿੱਥੇ ਆਉਂਦੀ ਹੈ ਕਿ ਜੋ ਉਹਨਾਂ ਨੇ ਕਿਹਾ ਹੈ ਉਹਦੀ ਕਮਾਈ ਕੀਤੀ। ਮਹਾਰਾਜ ਕਹਿੰਦੇ ਸੂਰ ਵੀਰ ਬਚਨ ਕੇ ਬਲੀ। ਹੁਣ ਮੂੰਹ ਦੇ ਨਾਲ ਕਹਿਣਾ ਹੈ, ਸਾਨੂੰ ਕੋਈ ਜੇ ਕਵੇ ਨਾ ਵੀ ਮੈਂ 8,000 ਰੁਪਈਆ ਕਥਾ ਦਿੰਦਾ ਵਾ, ਅਤੇ ਦੂਜਾ ਕਹਿੰਦੇ ਵੀ 11 ਦਿੰਦਾ ਵਾ, ਉਸੇ ਵੇਲੇ ਅਗਲੇ ਦਾ ਪ੍ਰੋਗਰਾਮ ਕੈਂਸਲ ਕਰ ਦਿੰਦਾ। ਸੰਤ ਮਹਾਰਾਜ ਨੂੰ $2,000,000 ਦੀ ਪੇਸ਼ਕਸ਼, ਰੁਪਈਏ ਨੂੰ ਤਰਸਦੀ ਆ ਸਾਰੀ ਦੁਨੀਆ, ਅਤੇ ਹਰ ਬੰਦੇ ਦਾ ਯਤਨ ਆ ਪੈਸਾ ਪ੍ਰਾਪਤ ਹੋਵੇ, ਭਾਵੇਂ ਇੱਧਰ ਦੀ ਹੋਵੇ ਅਤੇ ਭਾਵੇਂ ਉੱਧਰ ਦੀ ਹੋਵੇ। ਹੁਣ $2,000,000 ਉਹ ਵੀ ਅਮੈਰੀਕਨ ਪੇਸ਼ਕਸ਼ ਆਉਂਦਾ, ਪਰ ਉਹ ਮਹਾਂਪੁਰਖ ਕਿਹੜੇ ਸੀ ਜਿਹਨਾਂ ਬਾਰੇ ਗੁਰਬਾਣੀ ਕਹਿੰਦੀ ਹੈ ਵੀ ਕੌਲਾ ਬਪਰੀ ਸੰਤੀ ਛਲੀ, ਐਸੇ ਮਹਾਤਮਾ ਸੀ ਮਹਾਂਪੁਰਸ਼। ਬਸ ਇਸ ਗੱਲ ਦੀ ਜਿਹੜੀ ਕਮਾਈ ਦੀ ਗੱਲ ਹੈ, ਇਹ ਸੰਪਰਦਾਵਾਂ ਵਿੱਚ ਜਿਹੜਾ ਪੱਖ ਹੈ ਨਾ, ਇਹ ਬੜਾ ਮਜ਼ਬੂਤ ਪੱਖ ਹੈ। ਹਰ ਗੱਲ ਗੁਰੂ ਸਾਹਿਬ ਦੇ ਪੈਰ 'ਚ ਅਦਬ 'ਚ, ਅਤੇ ਜਿਹੜੀ ਗੱਲ ਨਾ ਸਮਝ ਆਵੇ, ਵਿਦਿਆ ਬਾਹਰ ਵੀ ਪੜ੍ਹਾਉਂਦੇ ਆ, ਵਿਦਿਆ ਇੱਥੇ ਵੀ ਪੜ੍ਹਾਉਂਦੇ ਆ, ਪਰ ਜਿਹੜੀ ਗੱਲ ਨਾ ਪੱਲੇ ਪਵੇ ਉਹ ਕਹਿ ਦੇਣਾ ਵੀ ਮੇਰੀ ਮਤ ਥੋੜ੍ਹੀ ਰਾਮ। ਇਹ ਨਹੀਂ ਕਹਿਣਾ ਵੀ ਮਹਾਰਾਜ ਇਹ ਗਲਤ ਕਰ ਗਿਆ, ਉਹ ਕਹਿਣਾ ਵੀ ਮੇਰੀ ਮਤ ਥੋੜ੍ਹੀ ਰਾਮ, ਮੈਨੂੰ ਸਮਝ ਨਹੀਂ ਪੈਂਦੀ, ਇਹ ਗੱਲ ਕਹਿ ਦੇਣੀ ਕਰ ਦੇਣੀ। ਵੈਸੇ ਧਾਰਮਿਕ ਗ੍ਰੰਥਾਂ ਵਿੱਚ ਨਾ ਗਿਆਨੀ ਜੀ ਬੈਠੇ, ਗਿਆਨੀ ਰਣਦੀਪ ਸਿੰਘ ਜੀ, ਵਾਚੈ ਵਾਚਕ ਭਾਵ ਸੰਬੰਧਤ, ਵਾਚੈ ਅਤੇ ਵਾਚਕ ਭਾਵ ਸਿੰਘ ਸਾਹਿਬ, ਵਾਚਕ ਹੋ ਗਿਆ ਸ਼ਬਦ, ਵਾਚੈ ਹੋ ਗਿਆ ਵਿਸ਼ੇ, ਜਿਵੇਂ ਸ਼ਬਦ ਦਾ ਅੱਗ ਇਹ ਕੀ ਹੋ ਗਿਆ ਵਾਚਕ, ਇਹਦਾ ਵਿਸ਼ਾ ਕੀ ਆ ਅੰਗਿਆਨ, ਉਹ ਕੀ ਹੋ ਗਿਆ ਵਿਸ਼ੇ। ਦੁਨੀਆਂ ਦੇ ਜਿੰਨੇ ਸ਼ਬਦ ਨੇ ਇਹਨਾਂ 'ਚ ਵਾਚੈ ਵਾਚਕ ਭਾਵ ਬਣਦਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਵਾਚਕ ਵਾਚਕ ਭਾਵ 'ਤੇ ਪੂਰਾ ਕਵੇ ਤੋਂ ਚਾਰ ਦਿੱਤਾ, ਕਹਿੰਦੇ ਖਾਂਡ ਖਾਂਡ ਕਹੇ ਜਿਹੋ ਦਾ ਸਵਾਦ ਮਿਲੂਗਾ, ਅਗਨ ਅਗਨ ਕਹੇ ਸੀਤ ਨਾ ਬਿਨਾਸ, ਵਾਚੇ ਵਾਚਕ ਬਣਦਾ ਹੀ ਨਹੀਂ। ਤੁਸੀਂ ਖੰਡ ਕਹੋ ਅਜੇ ਤੱਕ ਜਵਾਨ ਨਹੀਂ ਬਿੱਠੀ ਹੋ। ਪਰ ਇੱਕੋ ਇੱਕ ਸ਼ਬਦ ਗੁਰੂ ਕਿੱਦਾਂ ਦਾ ਹੈ, ਵੀ ਸ਼ਬਦ ਹੀ ਆ ਵੇਖ ਲਓ, ਪਰ ਤੁਸੀਂ ਵਾਹਿਗੁਰੂ ਕਹੋ ਤੁਹਾਨੂੰ ਮਿਲ ਜੂ, ਖੰਡ ਕਹੋ ਜਵਾਨ ਨਹੀਂ ਮਿੱਟੀ ਹੋ, ਅੱਗ ਕਹੋ ਪਾਲਾ ਨਹੀਂ ਗੁਲੋ, ਵੈਦ ਕਹੋ ਬਿਮਾਰੀ ਨਹੀਂ ਮਿਟੋ, ਪੈਸਾ ਕਹੋ ਨਹੀਂ ਆਓ। ਪਰ ਇੱਕੋ ਇੱਕ ਵਾਹਿਗੁਰੂ ਸ਼ਬਦ ਕਿੱਦਾਂ ਦਾ ਵਾ, ਸ਼ਬਦ ਗੁਰੂ ਕਿੱਦਾਂ ਦਾ ਵਾ, ਜਿਹੜਾ ਵੀ ਤੂੰ ਸ਼ਬਦ ਬੋਲ ਉਹ ਚੀਜ਼ ਦੀ ਤੈਨੂੰ ਪ੍ਰਾਪਤੀ ਹੋਈ, ਉਹ ਤੈਨੂੰ ਮਿਲ ਜੂ।
ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਚੇ ਵਾਚਨ ਭਾਵ ਬਣਦਾ, ਉਸ ਬਾਹਰਲੇ ਸ਼ਬਦਾਂ 'ਚ ਕਿਤੇ ਬਣਦਾ ਹੀ ਨਹੀਂ। ਇੱਕ ਵਿਦਵਾਨ ਪੰਡਿਤ ਜਿਹਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ, ਉਹਦਾ ਸੁਭਾਅ ਸੀ ਵੀ ਜਾਣ ਬੁੱਝ ਕੇ ਉਹਨੇ ਇਹੋ ਜਿਹੀ ਗੱਲ ਚਾਰ ਬੰਦਿਆਂ 'ਚ ਕਰਨੀ ਵੀ ਜਿਹਦੇ ਨਾਲ ਲੱਗੇ ਵੀ ਮੈਨੂੰ ਬੜੀ ਨੌਲੇਜ ਹੈ। ਇਹ ਫਿਰ ਤਿੱਖਾ ਇੰਨਾ ਸੀ ਵੀ ਆਪ ਹੀ ਪ੍ਰੈਸ਼ਰ ਬਣਾਉਣਾ ਅਤੇ ਆਪ ਹੀ ਅਗਲੇ ਨੂੰ ਫਸਾਉਣਾ ਅਤੇ ਆਪ ਹੀ ਬਾਅਦ ਜਵਾਬ ਦੇਣਾ ਅਤੇ ਲੱਤ ਉੱਤੇ ਰੱਖਣੀ। ਹੁਣ ਆਪਾਂ ਸਮਝਦੇ ਹਾਂ ਵੀ ਸ਼ਾਇਦ ਤਲਵਾਰਾਂ ਨਾਲ ਹੀ ਜੇ ਧਾਰ ਹੁੰਦੀ ਆ, ਬਦਮਾਨਾਂ ਦੀ ਜੇ ਧਾਰ ਤਾਂ ਬਹੁਤ ਜ਼ਿਆਦਾ ਖਤਰਨਾਕ ਹੁੰਦੀ। ਕਦੀ ਦੁਨੀਆਂ ਦੇ ਵਿੱਚ ਤੁਸੀਂ ਦੇਖਿਆ ਵੀ ਕੋਈ ਬੰਦਾ 100 ਸਾਲ ਹੋ ਗਿਆ ਹੋਵੇ, ਮਰਿਆ ਹੋਵੇ ਅਤੇ ਉਹਦੇ ਨਾਲ ਕੋਈ ਲੜਿਆ ਹੋਵੇ? ਵਿਦਵਾਨ ਵੇਖ ਲਓ ਜਿਹੜਾ ਗ੍ਰੰਥ 100 ਸਾਲ ਪਹਿਲਾਂ ਲਿਖਿਆ ਅਤੇ ਲਿਖਣ ਵਾਲਾ ਮਰ ਗਿਆ, ਉਹਨੂੰ ਅੱਜ ਚੁੱਕ ਕੇ ਕਹਿੰਦੇ ਆ ਵੀ ਇਹਨੇ ਗਲਤ ਲਿਖਿਆ, ਉਹਨੇ ਕਿਹੜਾ ਜਵਾਬ ਦੇਣਾ ਉਹਨੂੰ ਮਰੇ ਨੂੰ 100 ਸਾਲ? ਅੱਜ ਉਹਨੂੰ ਚੁੱਕ ਕੇ ਕਹਿਣਗੇ ਵੀ ਗਲਤ ਲਿਖਿਆ। ਵਿਦਵਾਨਾਂ ਦੀ ਜੰਗ ਤੇ ਯੁੱਗਾਂ ਦੇ ਗ੍ਰੰਥਾਂ ਤੋਂ ਵੀ ਚੱਲੀ ਹੋਈ। ਉਹ ਬੇੜੀ 'ਚ ਬਹਿ ਗਿਆ ਤੇ ਮਲਾਹ ਨੂੰ ਉਹਨੂੰ ਹੋਰ ਤੇ ਕੋਈ ਨਾ ਲੱਭਾ ਵੀ ਚੱਲ ਮਲਾਹ ਦੇ ਨਾਲ ਹੀ ਘੜੀ ਵਿਚਾਰ ਕਰ ਲਈ। ਉਹ ਮਲਾਹ ਨੂੰ ਕਹਿੰਦਾ ਵੀ ਤੂੰ ਸੰਸਕ੍ਰਿਤ ਪੜ੍ਹਿਆ? ਕਹਿੰਦਾ ਨਹੀਂ ਜੀ। ਕਹਿੰਦਾ ਤੇਰਾ ਚਾਰਾਂ ਦੇ ਜੀਵਨ ਗਿਆ, ਹਿੰਦੀ ਫਾਰਸੀ ਉਰਦੂ ਪੜ੍ਹਿਆ? ਕਹਿੰਦਾ ਨਹੀਂ ਜੀ। ਕਹਿੰਦਾ 8 ਆਂ ਦੇ ਜੀਵਨ ਗਿਆ। ਗਾਂ ਕੋਈ ਪੜ੍ਹਨ ਦੀ ਇੱਛਾ ਹੈਗੀ ਆ? ਕਹਿੰਦਾ ਨਹੀਂ। ਤਾਂ ਹੀ ਕਹਿੰਦੀ ਫਿਰ ਤਾਂ ਬਸਾਂ ਗੁਜ਼ਾਰਾ ਹੀ ਹੁੰਦਾ, ਰੋਟੀ ਚੱਲਦੀ। ਕਹਿੰਦਾ 12 ਆਂ ਦੇ ਗਿਆ। ਕਿੰਨੇ ਚਿਰ ਨੂੰ ਕਹਿੰਦੇ ਤੂਫਾਨ ਆ ਗਿਆ ਤੇ ਆਇਆ ਵੀ ਬੜਾ ਭਿਆਨਕ। ਮਲਾਹ ਨੇ ਸਹਿਜ ਸੁਭਾਅ ਗਿਆ ਪੰਡਿਤ ਜੀ ਧਰਨਾ ਆਉਂਦਾ ਵਾ। ਕਹਿੰਦਾ ਨਹੀਂ। ਮਲਾਹ ਕਹਿੰਦਾ ਫਿਰ ਤੇਰਾ ਤੇ 16 ਆਂ ਦੇ ਖੂਜ ਪੈ ਗਏ ਵੀ ਜੇ ਇੰਨਾ ਪੜ੍ਹ ਕੇ ਵੀ ਤੂੰ ਡੁੱਬਣਾ ਸੀ ਤੇ ਤੇਰੇ ਨਾਲ ਉਹਦੇ ਮੈਂ ਹੀ ਚੰਗਾ ਲੱਗਦਾ ਵੀ ਗੱਲਾਂ ਬੜੀਆਂ ਹੋਣੀਆਂ ਪਰ ਤਰਨਾ ਨਹੀਂ। ਗੁਰਬਾਣੀ ਕਹਿੰਦੀ ਆ ਵੀ ਕਿਤੇ ਇਹ ਗੱਲ ਨਾ ਹੋਵੇ ਰਾਵਣ ਵਰਗੀ ਵੀ ਸਭ ਕੁਝ ਪੜ੍ਹ ਕੇ ਵੀ ਡੁੱਬਣਾ ਪੈ ਜਾਂਦਾ ਤੇ ਜਿਹੜੇ ਬਿਨਾਂ ਪੜ੍ਹੇ ਨੇ ਉਹ ਸ਼ਰਧਾ ਭਾਵਨਾ ਰੱਖ ਕੇ ਤੈਰ ਜਾਣ, ਪਾਰ ਹੋ ਜਾਣ। ਸੋ ਸੰਪਰਦਾਵਾਂ ਦਾ ਔਰ ਦਮਦਮੀ ਟਕਸਾਲ ਦਾ ਸਭ ਤੋਂ ਵੱਡਾ ਪੱਖ ਇਹ ਹੈ ਕਿ ਪਿੱਛੇ ਕੁਝ ਹੈ ਜੇ ਸੱਚ ਦੀ ਗੱਲ ਕਰੋ ਤੇ ਪਿੱਛੇ ਕੁਝ ਪਹਿਰਾ ਦੇਣ ਵਾਲੇ ਹੈ। ਜੇ ਸੰਤੋਖ ਦੀ ਗੱਲ ਕਰੋ ਤਾਂ ਸਾਦਗੀ ਵਾਲੇ ਕੋਲ ਸਿੱਖ ਜੀਵਨ ਵਾਲੇ ਹੈ। ਨਾਮ ਦੀ ਗੱਲ ਕਰੋ ਤੇ ਜਪਣ ਵਾਲੇ ਹੈ। ਬਾਣੀ ਦੀ ਗੱਲ ਕਰੋ ਤੇ ਅਭਿਆਸ ਕਰਨ ਵਾਲੇ ਹੈ। ਹੋਈਆਂ ਫੁੱਲਾਂ ਚੁੱਕਾਂ ਦੀ ਕਵਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ। ਦਮਦਮੀ ਟਕਸਾਲ ਦੀ ਸਥਾਪਨਾ ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ, ਲੱਖ ਲੱਖ ਗੁਰੂ ਘਰੋਂ ਪ੍ਰਾਪਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਪ੍ਰਸਿੱਧ ਕਥਾਕਾਰ ਗਿਆਨੀ ਸੁੰਦਰ ਸਿੰਘ ਜਿਨ੍ਹਾਂ ਨੇ ਆਪ ਜੀ ਨੂੰ ਦਮਦਮੀ ਟਕਸਾਲ ਔਰ ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਦੇ ਜੀਵਨ ਸੰਬੰਧੀ ਬੜੇ ਕੀਮਤੀ ਮਤਲਬ ਨਾਲ ਕੀਤਾ ਹੈ।
ਸਮਾਂ ਨਹੀਂ ਹੈ, ਮੈਂ ਬੇਨਤੀ ਕਰਾਂ ਅਤੇ ਸਤਿਕਾਰ ਜੋ ਸਿੰਘ ਸਾਹਿਬ ਜਾਨੀ ਸੁਰਜੀਤ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਜੀ ਨੂੰ ਅੱਜ ਦੇ ਸਿੰਘਾੜੇ 'ਤੇ ਇੱਕੀ ਬਜੇ ਦਾ ਖਾਲਸਾ ਤੌਰ 'ਤੇ ਸਿੰਘ ਸਾਹਿਬ ਜਾਨੀ ਸੁਰਜੀਤ ਸਿੰਘ ਜੀ ਖਾਲਸਾ ਅਸੀਂ ਅਰਦਾਸ ਵਿੱਚ ਬੇਨਤੀ ਕਰਦੇ ਹਾਂ
ਦਸਾਂ ਪਾਤਸ਼ਾਹ ਜੀ ਦੇ ਆਤਮਿਕ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਜੋਰ ਤੁਸੀਂ ਕੋਈ ਹੈ ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਾ ਕਿ ਉਸ ਜੋਤ ਨੇ ਹੀ ਅਕਾਲ ਪੁਰਖ ਦੀ ਜੋਤ ਨੇ ਹੀ ਆਪਣਾ ਨਾਮ ਗੁਰੂ ਨਾਨਕ ਰਖਾਇਆ ਅਤੇ ਜਦੋਂ ਇਹ ਦਸਵੇਂ ਪਾਤਸ਼ਾਹ ਦੇ ਵਿੱਚ ਜੋਤ ਆਏ ਤਾਂ ਇਹ ਭੁਲੇਖੇ ਵੀ ਇੱਥੇ ਕੱਢੇ ਕਿਉਂਕਿ ਉਹ ਇੱਕ ਬਹਾਨੇ ਸਨ ਕਿ ਬਾਬਾ ਸੱਚੇ ਪਾਤਸ਼ਾਹ ਜੀ ਨੇ ਪੱਜੀ ਸਿੰਘ ਭੇਜ ਕੇ ਕਰਤਾਰਪੁਰ ਸਾਹਿਬ ਤੋਂ ਪੋਥੀਆਂ ਨੂੰ ਮੰਗਵਾਉਣ ਦਾ ਯਤਨ ਕੀਤਾ ਸਿੰਘ ਭੇਜੇ ਸਾਰਾ ਇਤਿਹਾਸ ਆਪ ਜਾਣ ਕੇ ਉਹ ਬਾਬਾ ਜੀ ਤੋਂ ਸਰਵ ਕੀਤਾ ਤਾਂ ਸਿੰਘ ਜੀ ਉਹ ਇੱਕ ਸਵਾਪ ਬਣਨਾ ਸੀ ਪਰ ਸਤਿਗੁਰੂ ਜੀ ਨੇ ਸੁੱਚੀ ਬਾਣੀ ਆਪ ਉਚਾਰ ਕੇ ਅਤੇ ਨਾਲ ਉਹ ਬੱਚੇ ਵੀ ਪੂਰੇ ਕੀਤੇ ਜਦੋਂ ਗੁਰੂ ਕੇ ਸਿੱਖਾਂ ਨੇ ਕਰਤੇ ਕਿਵੇਂ ਕਰਤਾ ਜਾਣਾ ਕੀ ਜਾਣਾ ਉਹਨੇ ਸੂਰਾ ਪੜ੍ਹ ਦਿੱਤਾ ਸੀ ਪੈ ਜਾਣਾ ਵੀ ਕਰਦੇ ਅਤੇ ਬਾਈ ਸਮਾਏ ਦਾ ਜਦੋਂ ਸੁੱਚੀ ਬਾਣੀ ਦੇ ਅਰਥ ਪੜ੍ਹਾਵਾਂਗੇ ਤਾਂ ਸਤਿਗੁਰੂ ਜੀ ਨੇ ਇੱਥੇ ਗੁਰਬਾਣੀ ਦੇ ਅਰਥ ਪੜ੍ਹਾਏ ਅਤੇ ਉਹਨਾਂ ਜਿਹਨਾਂ ਗੁਰੂ ਕੇ ਸਿੱਖਾਂ ਨੇ ਸੁਰੂਚੀ ਬਾਣੀ ਅਰਥ ਪੜ੍ਹੇ ਸੁਣੇ ਉਚਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਹ ਮੁਕਤੀ ਬਖਸ਼ਿਸ਼ ਕੀਤੀ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਇਹਦੇ ਨਾਲ ਹੀ ਇਸ ਧਰਤੀ ਨੂੰ ਵੀ ਵਰ ਦਿੱਤਾ ਭਾਈ ਦਰ ਸਿੰਘ ਨੂੰ ਬਹਾਨਾ ਬਣਾਇਆ ਕਿ ਬੰਜਰ ਧਰਤੀ ਰੋਣਾ ਇਤਨਾ ਕਲੀਰਾਂ ਵਾਲੀ ਧਰਤੀ ਨੂੰ ਸਤਿਗੁਰੂ ਜੀ ਨੇ ਉਪਜਾਊ ਬਣਾ ਦਿੱਤਾ ਜੋ ਬਚਨ ਕਹੇ ਸਨ ਕਿ ਇੱਥੇ ਬਾਗ ਹੋਣਗੇ ਇੱਥੇ ਫਸਲਾਂ ਲਹਿ ਲਵਾਉਂਦੀਆਂ ਹੋਣਗੀਆਂ ਸਭ ਕੁਝ ਸਾਡੇ ਸਾਹਮਣੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸਤ ਸੰਗ ਜੀ ਨੇ ਫਿਰ ਸਤਿਗੁਰੂ ਜੀ ਨੇ ਜਿੱਡਾ ਵੱਡਾ ਕਾਰੋਬਾਰ ਕੀਤਾ ਸੀ ਗੁਰਬਾਣੀ ਦਾ ਸ਼ੁਭ ਪ੍ਰਚਾਰ ਦੂਰਾਂ ਦਰਿੰਡੇ ਦੇ ਰਿਆਸਤਾਂ ਦੇ ਰਾਜੇ ਵੀ ਆਏ ਆਪਣੀਆਂ ਫੌਜਾਂ ਸਮੇਤ ਆ ਕੇ ਇੱਥੇ ਡੇਰੇ ਲਾਏ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਣਾ ਤੋਂ ਗੁਰਬਾਣੀ ਦਿਆ ਪਰਉਪਕਾਰ ਸੀ ਅਤੇ ਉਸ ਸਮੇਂ ਸਤਸੰਗ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਇਲਾਕੇ ਦੀ ਮੰਗ ਤੇ ਕਿ ਮਹਾਰਾਜ ਜਿੱਥੇ ਅਮਰ ਸੰਚਾਰ ਕਰੋ ਤਾਂ ਕਿ ਰਾਜਸਥਾਨ ਦੀਆਂ ਰਿਆਸਤਾਂ ਇੱਧਰ ਪੁਆਬ ਦਾ ਇਲਾਕਾ ਸਾਰਾ ਆਪ ਜੀ ਦਾ ਸਿੱਖ ਬਣ ਜਾਵੇ ਤਾਂ ਜਦੋਂ ਮਹਾਰਾਜ ਜੀ ਇੱਥੇ ਅਮਰ ਸੰਚਾਰ ਕੀਤਾ ਅਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਛਕਿਆ ਅਤੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੇ ਸਿੱਖ ਪੰਥ ਲਈ ਕਿ ਭਵਿੱਖ ਵਿੱਚ ਕਦੇ ਕੋਈ ਭੁਲੇਖਾ ਪਵੇ ਕਿਸੇ ਨੂੰ ਕੋਈ ਸ਼ੰਕਾ ਪੈਦਾ ਹੋ ਜਾਵੇ ਤਾਂ ਉਹਦੀ ਨਿਗਰਤੀ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਥੰਮ ਗੱਡ ਦਿੱਤਾ ਥੰਮ ਕੀ ਸੀ ਉਹ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਭਾਈ ਬਾਣੀ ਸਿੰਘ ਜੀ ਜਿਹਨਾਂ ਨੂੰ ਹੁਕਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਗੁਰੂ ਕੋ ਇਸ ਪ੍ਰਜਾਦਾ ਨੂੰ ਪ੍ਰਚਲਿਤ ਰੱਖਣਾ ਅੱਗੇ ਸੰਗਤਾਂ ਵਿੱਚ ਇਸਦਾ ਪ੍ਰਚਾਰ ਕਰਨਾ ਕਿ ਗੁਰੂ ਖਾਲਸਾ ਪੰਥ ਦੀ ਮਰਜ਼ਾਦਾ ਕੀ ਹੈ ਅੰਮ੍ਰਿਤ ਵੇਲੇ ਉੱਠਣਾ ਬਾਣੀਆਂ ਪੜ੍ਹਨ ਦਾ ਨਿਯਮ ਕੀ ਹੈ ਨਾਮ ਦਾ ਨਿਯਮ ਕੀ ਹੈ ਇਹ ਸਭ ਕੁਝ ਪ੍ਰਚਾਰ ਕਰਨਾ ਹੈ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਸ਼ੁੱਧ ਉਚਾਰ ਨੂੰ ਦੁਨੀਆਂ ਵਿੱਚ ਸਿਖਾਉਣਾ ਹੈ ਸਿੱਖਾਂ ਵਿੱਚ ਇਸ ਦਾਤ ਨੂੰ ਵੰਡਣਾ ਹੈ ਤਾਂ ਇਹ ਮਹਾਨ ਪਰਉਪਕਾਰ
ਬਾਬਾ ਜੀ ਨੇ ਇੱਥੋਂ ਹੀ ਆਰੰਭ ਦੱਸਿਆ। ਬਾਬਾ ਜੀ ਨੇ ਆਪ ਸਤਿਗੁਰੂ ਦੀ ਬਖਸ਼ਿਸ਼ ਨਾਲ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿਚਾਰ ਸਰੂਪ ਦਿੱਤੇ, ਗੁਰਮੁਖੀ ਵਿੱਚ ਵੀ ਅਤੇ ਅਰਬੀ ਵਿੱਚ ਵੀ ਸਰੂਪ ਦਿੱਤੇ। ਸਤਿ ਜੀ ਇਹਦੇ ਵਿਦਵਾਨ ਸਨ ਬਾਬਾ ਜੀ, ਅਤੇ ਪਰ ਨਾਲ ਨਾਲ ਜੋ ਕਲਗੀ ਧਰ ਪਾਤਸ਼ਾਹ ਜੀ ਨੇ ਹਸਪਤਾਲ ਖੰਡੋ ਖੰਡ ਤਪਤ ਕਵਰਿਆ ਤੀਰ ਦਾ ਇਹ ਸੰਦੇਸ਼ ਦਿੱਤਾ ਸੀ, ਉਸ ਨੂੰ ਵੀ ਨਾਲ ਧਾਰਨ ਕਰਕੇ ਰੱਖਿਆ। ਕੇਵਲ ਧਾਰਨ ਹੀ ਨਹੀਂ ਕੀਤਾ, ਉਹਦਾ ਪ੍ਰਯੋਗ ਕੀਤਾ। ਸਤਿਸੰਗ ਜੀ ਸਮਾਂ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਸੀ ਕਿ ਧਰਮ ਦਾ ਪ੍ਰਚਾਰ ਕਰਨਾ ਅਤੇ ਧਰਮ ਦੀ ਰਾਖੀ ਵੀ ਕਰਨਾ, ਧਰਮ ਦਾ ਪ੍ਰਚਾਰ ਕਰਦਿਆਂ ਹੋਇਆ ਇਹ ਜਰਵਾਣਾ ਸਾਡੇ ਧਰਮ ਦੇ ਉੱਪਰ ਹਮਲਾਵਰ ਹੋਵੇ ਤਾਂ ਉਹਨੂੰ ਸੋਧਣਾ ਵੀ ਹੈ, ਉਹਦੇ ਨਾਲ ਟੱਕਰ ਵੀ ਲੈਣੀ ਹੈ। ਤਾਂ ਇਸੇ ਸੰਦੇਸ਼ ਨੂੰ ਮੁੱਖ ਰੱਖ ਕੇ, ਇਸੇ ਕਲਗੀਧਰ ਪਾਤਸ਼ਾਹ ਦੇ ਉਪਦੇਸ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਨੇ ਇੱਥੋਂ ਦੀਆਂ ਅੱਠ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਅਰਦਾਸਾਂ ਸੋਧਿਆ। ਸਾਧ ਸੰਗਤ ਜੀ ਇਤਿਹਾਸ ਆਪ ਜਾਣਦੇ ਹੋ, ਭਾਵੇਂ ਚੰਬੇ ਦੀ ਧਰਤੀ ਵਿੱਚ ਬਾਬਾ ਜੀ ਦਾ ਸਰੀਰ ਧਰਮ ਤੋਂ ਅਲੱਗ ਹੋ ਗਿਆ, ਕਲਿੰਗ ਦੇ ਸੀਸ ਰੱਖ ਕੇ ਯੁੱਧ ਲੜਦੇ ਹੋ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਉੱਥੇ ਅਰਦਾਸਾ ਕੀਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰਕੇ ਹਰਿਮੰਦਰ ਸਾਹਿਬ ਦੀ ਅਜਮਤ ਨੂੰ ਸਮਰਪਿਤ ਹੁੰਦੇ ਆ ਆਪਣਾ ਸੀਸ ਪ੍ਰਦਾਨ ਕਰਦੇ। ਇਹ ਸੰਖੇਪ ਵਿੱਚ ਦਾਸ ਨੇ ਬੇਨਤੀ ਕੀਤੀ ਹੈ ਉਹਨਾਂ ਤੋਂ ਦੂਸਰੇ ਕਿਉਂਕਿ ਮਹਾਨ ਸ਼ਹੀਦ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਅਸੀਂ ਸਿਰਫ 20 ਸਿੰਘ ਹਾਂ ਅਤੇ 10,000 ਦੀਆਂ ਫੌਜਾਂ ਨੇ। ਸਤਿਸੰਗ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੀ ਥਾਂ 'ਤੇ ਉਸ ਸਿਰ ਦੇ ਯੋਧੇ ਨੇ ਮਹਾਨ ਯੁੱਧ ਲੜਿਆ, ਆਪਣੀ ਸ਼ਹਾਦਤ ਦਿੱਤੀ, ਧਾਮਾਂ ਦੀ ਰੱਖਿਆ ਕੀਤੀ। ਇੱਦਾਂ ਹੀ ਸੰਦੇਸ਼ਿਆਂ ਦੇ ਉੱਪਰ ਚੱਲਦਿਆਂ ਦਮਦਮੀ ਟਕਸਾਲ ਦੀ ਪਰੰਪਰਾ ਨੂੰ ਸੁਰਜੀਤ ਰੱਖਦਿਆਂ ਅਥਵਾ ਇਸ ਪਰੰਪਰਾ 'ਤੇ ਪਹਿਰਾ ਦਿੰਦਿਆਂ ਹੋਇਆ 20 ਸਦੀ ਦੇ ਮਹਾਨ ਯੋਧੇ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਜੋ ਲੋਕ ਇਹ ਚਰਚਾ ਕਰਦੇ ਸਨ ਕਿ ਪੁਰਾਣੀਆਂ ਗੱਲਾਂ ਹੋ ਗਈਆਂ ਜੀ, ਬਾਬਾ ਦੀਪ ਸਿੰਘ ਜੀ ਦੀਆਂ ਉਹਨਾਂ ਦੀ ਸ਼ਹਾਦਤ ਇੱਕ ਵੱਖਰੀ ਗੱਲ ਸੀ, ਵੱਖਰਾ ਸਮਾਂ ਸੀ, ਬਾਬਾ ਸ਼ਹੀਦ ਭਾਈ ਮਣੀ ਸਿੰਘ ਜੀ ਬਰਬਨ ਕਰਾ ਸਕਦੇ ਨੇ, ਅੱਜ ਇਹੋ ਜਿਹੇ ਸਿੰਘ ਇੱਥੇ ਰਹਿ ਗਏ। ਪਰ ਨਹੀਂ, ਭਾਈ ਘਰ ਦੀ ਕਮਾਈ, ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਕੇ ਗੁਰੂ ਮੰਤਰ ਦਾ ਬਾਲ ਹੁੰਦਾ ਹੀ ਕਿ ਸ਼ਕਤੀ ਨਹੀਂ ਕਿਤੇ ਜਾਣ ਵਾਲੀ, ਸਤਿਗੁਰ ਮੇਰਾ ਨੀਕ ਨਵਾਂ ਨਾ ਆਵਾ ਨਾ ਜਾਏ, ਉਹ ਬਦਾਸੀ ਪੁਰਖ ਹੈ ਸਭ ਨਾ ਰਹਿ ਸਮਾਏ, ਜਿਹਨਾਂ ਨੇ ਸਬਦ ਦੀ ਕਮਾਈ ਕੀਤੀ। ਹੁਣੇ ਆਪ ਜੀ ਨੇ ਗਿਆਨੀ ਦੀਵਾ ਸਿੰਘ ਤੋਂ ਇਹ ਬਚਨ ਸੁਣੇ ਨੇ ਕਿ ਸ਼ਕਤਾਂ ਦੀ ਕਮਾਈ ਦੀ ਜਿਹਨਾਂ ਕਮਾਈ ਕੀਤੀ ਉਹਨਾਂ ਨੇ ਇਸ 20 ਸਦੀ ਦੇ ਵਿੱਚ ਵੀ ਸਾਧ ਸੰਗਤ ਲੱਖਾਂ ਫੌਜਾਂ ਦਾ ਮੁਕਾਬਲਾ ਕਰਦਿਆਂ ਹੋਇਆ, ਧਰਮ ਦੀ ਰਾਖੀ ਕਰਦਿਆਂ ਜਦ ਕਿ ਯੁੱਧ ਲੜਿਆ। ਸੋ ਇਹ ਦਮਦਮੀ ਟਕਸਾਲ ਦਾ ਇਤਿਹਾਸ ਹੈ। ਅੱਜ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਆਪਣੇ ਦਮਦਮੀ ਬਲਬਲਿਆਂ ਵਿੱਚੋਂ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਤਰਜੀਹ ਦੇਣੀ ਚਾਹੀਦੀ, ਉਹਨਾਂ ਵਿੱਚੋਂ ਕੁਝ ਤਾਰ ਚੁਣੇ, ਜਿਵੇਂ
ਉਹਨਾਂ ਮਹਾਨ ਸ਼ਹੀਦਾਂ ਦੀ ਇੱਕ ਸਦੀਵੀ ਯਾਦਗਾਰ ਬਣਨੀ ਚਾਹੀਦੀ। ਬਾਬਾ ਜੀ ਨੇ ਨੱਕ ਕਹਿੰਦੇ ਆ ਸਤਿਗੁਰੂ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਅਤੇ ਸਤਿਗੁਰੂ ਜੀ ਨੇ ਕਾਮਯਾਬੀ ਬਖਸ਼ੀ ਉਹ ਸ਼ਹੀਦਾਂ ਦੀ ਯਾਦਗਾਰ ਕਰ ਮਹਾਂਪੁਰਖਾਂ ਦੀ ਤਸਵੀਰ ਅਜਾਇਬ ਘਰ ਵਿੱਚ ਲਵਾਏ ਸ਼ਹੀਦੀ ਗੈਲਰੀ ਦਾ ਨਿਰਮਾਣ ਹੋ ਰਿਹਾ ਹੈ ਅਤੇ ਨਾਲ ਨਾਲ ਜੋ ਪ੍ਰਮੁੱਖ ਪ੍ਰਯੋਜਕ ਸੀ ਪ੍ਰਮੁੱਖ ਜ਼ਿੰਮੇਵਾਰੀ ਸੀ ਕਿ ਦਮਦਮੀ ਕਿਸਾਨ ਗੁਰਬਾਣੀ ਦੇ ਅਰਥ ਉਹ ਤੋਂ ਕਿਤੇ ਅਮੇਸਰੀ ਕਰਿਆ ਜਾ ਰਹੇ ਸਰ ਸੰਜੀਵ ਕੁਮਾਰੀ ਦੀ ਬਾਰ ਬਾਰ ਕਦੇ ਪਟਿਆਲੇ ਵਰਗੇ ਸ਼ਹਿਰਾਂ 'ਚ ਕਦੇ ਦਿੱਲੀ ਵਰਗੇ ਸ਼ਹਿਰਾਂ 'ਚ ਕਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਬਾਣੀ ਦੇ ਪਾਠ ਬਹੁਤ ਸਮਾਗਮ ਤਾਂ ਕਿ ਸਮੁੱਚੇ ਰੂਪ ਵਿੱਚ ਸੰਗਤਾਂ ਆਉਣ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣ ਗੁਰਬਾਣੀ ਦੇ ਲੜ ਲੱਗਣ ਇਹ ਇੱਕ ਵੱਡੇ ਕਾਰਜ ਸਨ ਕਿ ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਨੇ 550 ਸਾਲਾਂ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਸਤਿਗੁਰੂ ਜੀ ਦੀ ਬਾਣੀ ਨੇ ਉਸੇ ਤਰ੍ਹਾਂ ਹੀ ਰਚਾਉਣ ਵਾਸਤੇ ਕਿ ਇਹ ਰਚਨਾਈ ਸਾਡੇ ਹਿਰਦਿਆਂ ਵਿੱਚ ਵੱਧ ਤੋਂ ਵੱਧ ਪ੍ਰਵੇਸ਼ ਹੋਵੇ ਫਿਰ ਕਈ ਥਾਵਾਂ 'ਤੇ ਦਿੱਲੀ ਵਿਖੇ ਵੀ ਸੰਤਾਨ ਕੌਰ ਲੋਧੀ ਵਿਖੇ ਵੀ ਆਠ ਬਹੁਤ ਸਮਾਗਮਾਂ ਦੀ ਲੜੀ ਰੱਬ ਆਉਣ ਵਾਲੀ ਥਾਂ ਥਾਂ 'ਤੇ ਸੈਮੀਨਾਰ ਕਰਨ ਦੇ ਪ੍ਰੋਗਰਾਮ ਲਿਖੇ ਗਏ ਨੇ ਕਿ ਅਸੀਂ ਦੱਸ ਸਕੀਏ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਵਾਸਤੇ ਕੀ ਉਪਦੇਸ਼ ਲੈ ਕੇ ਆਏ ਅਤੇ ਆਹ ਜਿਹੜਾ ਅੱਜ ਦਾ ਆਪਾਂ ਪ੍ਰੋਗਰਾਮ ਬਣਾ ਰਹੇ ਹਾਂ ਇਹ ਕਿਸੇ ਦੇ ਚਰਚਿਤ ਨਹੀਂ ਸੱਚਾ ਬੀਤ ਗਈਆਂ ਸਨ ਸਮੇਂ ਦੀ ਗੱਲ ਹੋਈ ਸਾਹਮਣੇ ਸੋ ਇਹ ਸਮਾਂ ਇਹਨਾਂ ਦੇ ਵਿਚਾਰ ਕੇ ਕਿ ਦਮਦਮੇ ਕਿਸਾਨ ਦਾ ਮੁੱਢ ਕੀ ਹੈ ਸੰਗਤਾਂ ਦੀ ਚੇਤਨਤਾ ਬਣੀ ਰਹੇ ਦਮਦਮੇ ਕਿਸਾਨ ਦੀ ਆਰੰਭਤਾ ਕਿੱਥੋਂ ਹੋਈ ਕਿਵੇਂ ਹੋਈ ਕੌਣ ਕੌਣ ਮੁਖੀ ਹੋਏ ਕੀ ਪਰਪਕਾਰ ਕੀਤੇ ਇਹ ਸਾਰਾ ਅਨੈਲਸਿਸ ਕਰਨ ਵਾਸਤੇ ਬਹੁਤ ਵੱਡਾ ਉਪਰਾਲਾ ਦਮਦਮੇ ਕਿਸਾਨ ਨੂੰ ਕੀਤਾ ਗਿਆ ਦਾਸ ਜਿੱਥੇ ਸਰਦਾਰ ਗੁਰੂ ਬਾਬਾ ਜੀ ਦਾ ਧੰਨਵਾਦ ਕਰਦਾ ਹੈ ਉੱਥੇ ਇਸ ਮਹਾਨ ਤਖ਼ਤ ਦੇ ਮੁੱਖ ਜ਼ਿੰਮੇਵਾਰ ਮੁੱਖ ਸੇਵਾਦਾਰ ਸਿੰਘ ਸਾਹਿਬ ਜੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਮੁੱਚੇ ਹੀ ਇਸ ਪ੍ਰਮੁੱਖ ਸਥਾਨ ਦੇ ਸਾਰੇ ਪ੍ਰਬੰਧਕਾਂ ਦਾ ਸਮੁੱਚੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਜਿਹਨਾਂ ਨੇ ਹਾਜ਼ਰੀਆਂ ਭਰੀਆਂ ਦਾ ਹੱਕ ਪ੍ਰਾਪਤ ਕੀਤਾ ਹੈ ਸਮੂਹ ਸੇਵਾਦਾਰਾਂ ਦਾ ਜ਼ਿੰਮੇਵਾਰ ਗੁਰਮੁਖ ਪਿਆਰਿਆਂ ਦਾ ਕਿਸਾਨ ਦੇ ਸਿੰਘਾਂ ਦਾ ਸਭ ਦਾ ਧੰਨਵਾਦ ਦਾਸ ਤੋਂ ਬੋਲਦਿਆਂ ਤੋਂ ਵੀ ਅੱਖੀ ਗਲਤੀਆਂ ਭੁੱਲਾਂ ਹੋ ਜਾਵੇ ਗੁਰੂ ਕੀ ਸੰਗਤ ਕਿਵੇਂ ਕਰੇ ਸਰਬੱਤ ਸੰਗਤ ਜੀ ਸਰਬੱਤ ਸੰਗਤ ਇੱਕ ਵਾਰ ਫਿਰ ਕਰਕੇ ਤੁਹਾਡੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਿੰਘ ਸਾਹਿਬ ਭਾਈ ਸ੍ਰੀ ਸਿੰਘ ਜੀ ਖਾਲਸਾ ਸਾਹਿਬ ਕਲੀ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਇਹਨਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ ਲੈ ਕੇ ਸੰਤ ਜਨ ਗੰਗਾ ਸਿੰਘ ਜੀ ਖਾਲਸਾ ਪੰਥਾਂ ਵਾਲਿਆਂ ਤੱਕ ਇਹ ਜਥੇਬੰਦੀ ਦੀਆਂ ਡੋਰ ਸੇਵਾ ਦਾ ਸਾਨੂੰ ਉਹਨਾਂ ਪ੍ਰਚਾਰਕਾਂ ਪਾਇਆ ਹੁਣ ਮੈਂ ਬੇਨਤੀ ਕਰਾਂਗਾ ਬੜੇ ਜੀ ਅਗਰ ਸਿੰਘ ਖਾਲਸਾ ਹੈ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਸ੍ਰੀ ਦਮਦਮਾ ਸਾਹਿਬ ਆਪ ਜੀ ਨੂੰ ਇਸ ਉੱਪਰ
ਵਿਚਾਰ ਰੱਖਣਗੇ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗ੍ਰੰਥ ਸਿੰਘ ਜੀ ਵਾਹਿਗੁਰੂ। ਦੁੱਖ ਦੁੱਖ ਕਰ ਲੋਕ ਪਰ ਦੁੱਖ ਦੇ ਰਾਤੇ ਚਵਰ ਸ਼ਤਰ ਤੱਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪ੍ਰਗਟੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਵੱਲੋਂ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਕੌਮ ਦੇ ਵਿਦਵਾਨ ਭਾਈ ਗੰਗਾ ਸਿੰਘ ਜੀ ਨੇ, ਸਿੰਘ ਸਾਹਿਬ ਜੀ ਨੇ, ਗਿਆਨੀ ਹਰਦੀਪ ਸਿੰਘ ਜੀ ਨੇ ਦਮਦਮੀ ਟਕਸਾਲ ਵੱਲੋਂ ਕੀਤੇ ਕਾਰਜਾਂ ਦੀ ਭਰਪੂਰ ਸਲਾਹਨਾ ਕੀਤੀ ਹੈ ਔਰ ਜ਼ਿਕਰ ਕੀਤਾ ਹੈ। ਪਰ ਇੱਕ ਕਾਰਜ ਦਮਦਮੀ ਟਕਸਾਲ ਦਾ ਬਹੁਤ ਵੱਡਾ ਹੈ, ਏਡਾ ਵੱਡਾ ਹੈ ਕਿ ਉਹ ਕਾਰਜ ਕੋਈ ਹੋਰ ਨਹੀਂ ਕਰ ਸਕਿਆ। ਪਰ ਉਹ ਕਾਰਜ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ। ਜਿੰਨੇ ਵੀ ਸੰਸਾਰ ਦੇ ਵਿੱਚ ਧਰਮ ਹੈ ਉਹਨਾਂ ਦੇ ਧਰਮ ਗ੍ਰੰਥ ਹੈ, ਉਹਨਾਂ ਦੇ ਧਰਮ ਗ੍ਰੰਥਾਂ ਦੇ ਪਾਠ ਦੀ ਜਿਹੜੀ ਸਮੱਸਿਆ ਜਿਹੜੀ ਹੈ ਉਹ ਕੌਮਾਂ ਨੂੰ ਆਉਂਦੀ ਹੈ। ਕੁਝ ਧਰਮਾਂ ਨੇ ਇਸ ਸਮੱਸਿਆ ਨੂੰ ਹੱਲ ਕੀਤਾ, ਜਿਵੇਂ ਇਸਲਾਮ। ਇਸਲਾਮ ਦੇ ਵਿੱਚ ਕੁਰਾਨ ਦਾ ਜਦੋਂ ਪਾਠ ਬਣਾਇਆ ਜਾਂਦਾ ਹੈ 12 ਸਾਲ ਲੱਗ ਜਾਣ, 13 ਸਾਲ ਲੱਗ ਜਾਣ, 14 ਸਾਲ ਲੱਗ ਜਾਣ, ਉਹਨਾਂ ਚਿਰ ਉਸਨੂੰ ਮੁਕੰਮਲ ਪਾਠੀ ਜਿਹੜਾ ਹੈ ਉਹ ਨਹੀਂ ਸਮਝਿਆ ਜਾਂਦਾ ਜਿੰਨਾ ਚਿਰ ਉਹ ਕੁਰਾਨ ਦੇ ਪਾਠਾਂ ਦਾ ਸ਼ੁੱਧ ਉਚਾਰਨ ਜਿਹੜਾ ਹੈ ਉਹ ਨਹੀਂ ਕਰਨਾ ਚਾਹੁੰਦਾ। ਸਾਡੇ ਥੋੜ੍ਹੀ ਜਿਹੀ ਅਸੀਂ ਫਲੈਕਸੀਬਿਲਿਟੀ ਰੱਖਦੇ ਹਾਂ, ਇਹ ਕਸ਼ਮੀਰ ਦਾ ਜੀ, ਇਸ ਕਰਕੇ ਪਾਠ ਜਿਹੜਾ ਇਹਦੇ ਮੂੰਹੋਂ ਨਿਕਲ ਵੀ ਰਿਹਾ, ਚਲੋ ਕੋਈ ਨਹੀਂ ਕਰਦੇ। ਜੇ ਅੰਗਰੇਜ਼ ਪਾਠ ਕਰਨ ਲੱਗ ਪਿਆ ਕਿ ਉਹਨੇ ਪਾਠ ਦਾ ਉਚਾਰਨ ਗਲਤ ਕੀਤਾ ਤੇ ਅਸੀਂ ਕਹਿੰਦੇ ਨਹੀਂ ਜੀ ਇਹਦੀ ਜ਼ਬਾਨ ਹੀ ਇਸ ਤਰ੍ਹਾਂ ਦੀ ਹੈ, ਇਹਦੇ ਤੋਂ ਇਹ ਉਚਾਰਨ ਜਿਹੜਾ ਸ਼ੁੱਧ ਨਿਕਲਦਾ ਨਹੀਂ ਹੈ, ਇਸ ਕਰਕੇ ਇਹਨੂੰ ਮਾਫ਼ ਕਰਦਾ। ਔਰ ਇਸਲਾਮ ਮਾਫ਼ ਨਹੀਂ ਕਰਦਾ। ਇਸਲਾਮ ਦੇ ਵਿੱਚ ਜੇ ਅੰਗਰੇਜ਼ ਵੀ ਕਿਤੇ ਕੁਰਾਨ ਦਾ ਪਾਠੀ ਬਣ ਗਿਆ ਤੇ ਉਹਦਾ ਵੀ ਉਚਾਰਨ ਨਹੀਂ ਜਿਹੜਾ ਅਰਬ ਦਾ ਮੁਸਲਮਾਨ ਕਰਦਾ, ਔਰ ਜਿਹੜਾ ਅਰਬ ਦਾ ਮੁਸਲਮਾਨ ਉਚਾਰਨ ਕਰਦਾ ਉਹੀ ਭਾਰਤ ਦੇ ਮੁਸਲਮਾਨ ਦਾ ਉਚਾਰਨ, ਉਹੀ ਅੰਗਰੇਜ਼ ਬੜੇ ਮੁਸਲਮਾਨ ਦਾ ਉਚਾਰਨ, ਉਹੀ ਦੁਨੀਆ ਦੇ ਹਰ ਕੋਲੇ ਦੇ ਵਿੱਚ ਬੈਠੇ ਮੁਸਲਮਾਨ ਦਾ ਉਚਾਰਨ ਸਾਡੇ ਇਲਾਕਿਆਂ ਦੇ ਵਿੱਚ ਜਾ ਕੇ ਉਚਾਰਨ ਬਦਲ ਜਾਂਦਾ। ਪ੍ਰਮਾਣ ਹੈ ਕਿ ਦਮਦਮੀ ਟਕਸਾਲ ਦੇ ਸ਼ੁੱਧ ਪਾਠਾਂ ਦੀ ਪਰੰਪਰਾ ਨੂੰ ਜਿਹੜਾ ਹੈ ਉਹ ਲਿਪੀਬੱਧ ਕੀਤਾ ਹੋਇਆ ਗੁਰਬਾਣੀ ਪਾਠ ਦਰਸ਼ਨ ਨੇ। ਭਾਵੇਂ ਕੋਈ ਮਸ਼ੀਨਰੀ ਹੈ, ਭਾਵੇਂ ਕੋਈ ਵੀ ਤੈਰ ਹੈ, ਜਦੋਂ ਕਿਤੇ ਪਾਠ ਦੇ ਉਚਾਰਨ ਸੰਬੰਧੀ ਕੋਈ ਮਨ 'ਚ ਦੁਬਧਾ ਪੈਦਾ ਹੋ ਜਾਂਦੀ ਹੈ ਤਾਂ ਕਿ ਉਹ ਦੇਖਦਾ ਗੁਰਬਾਣੀ ਪਾਠ ਦਰਸ਼ਨ ਹੀ ਹੈ ਕਿ ਉਹਦੇ 'ਚ ਦੇਖੋ ਕੀ ਉਚਾਰਨ ਹੈ ਉਸ ਪਾਠ ਦਾ, ਕਿਉਂਕਿ ਉਹ ਗੁਰਬਾਣੀ ਹੈ। ਇਹ ਬੜੀ ਵੱਡੀ ਦੇਣ ਹੈ ਸਾਧ ਸੰਗਤ, ਛੋਟੀ ਗੱਲ ਨਹੀਂ।
ਅੱਜ ਜ਼ਰੂਰਤ ਇਸ ਗੱਲ ਦਾ ਹੈ ਕਿ ਕੌਮੀ ਸੰਸਥਾਵਾਂ ਸਾਡੀਆਂ ਜਿਹੜੀਆਂ ਨੇ ਉਹ ਮਿਲ ਬੈਠ ਕੇ ਇਸ ਪਾਸੇ ਵੀ ਧਿਆਨ ਦੇਣ ਅਤੇ ਗੁਰਬਾਣੀ ਨੂੰ ਉਵੇਂ ਪੜ੍ਹਿਆ ਜਾਏ ਜਿਵੇਂ ਗੁਰਬਾਣੀ ਲਿਖੀ। ਜਦੋਂ ਅਸੀਂ ਇਸ ਧਾਰਨਾ ਦੇ ਉੱਤੇ ਪਹਿਰਾ ਦੇਣ ਲੱਗ ਪਏ ਫਿਰ ਦੁਨੀਆਂ 'ਚ ਵਸਦੇ ਸਿੱਖਾਂ ਦਾ ਉਚਾਰਨ ਜਿਹੜਾ ਹੈ ਉਹ ਇੱਕ ਉਹਨਾਂ 'ਚ ਇੱਕ ਨਹੀਂ। ਜਿੰਨਾ ਚਿਰ ਅਸੀਂ ਗੁਰਬਾਣੀ ਨੂੰ ਉਵੇਂ ਪੜ੍ਹਨ ਨਹੀਂ ਲੱਗਦੇ ਜਿਵੇਂ ਗੁਰਬਾਣੀ ਲਿਖੀ ਗਈ। ਹੁਣ ਲਿਖਣ ਦੇ ਵਿੱਚ ਅਸੀਂ ਪਹਿਰਾ ਦਿੰਦੇ ਹਾਂ ਅਤੇ ਗੁਰਬਾਣੀ ਦੀ ਕਿਤੇ ਲੱਗ ਮੱਤ ਛੁੱਟਦੇ ਅਸੀਂ ਉਸੇ ਵਕਤ ਦੀ ਇਤਰਾਜ਼ ਵਿੱਚ ਲਾ ਦਿੰਦੇ ਹਾਂ, ਐਕਸਪੋਰਟ 'ਤੇ ਕਿਤੇ ਅਖਬਾਰ 'ਚ ਕਿਤੇ ਮੈਗਜ਼ੀਨ 'ਚ ਗੁਰਬਾਣੀ ਲਿਖੀ ਹੈ ਅਤੇ ਕਿਤੇ ਔਂਕੜ ਛੱਡਿਆ ਗਿਆ, ਕਿਤੇ ਸਿਆਹੀ ਲੱਗ ਗਈ, ਕਿਤੇ ਬਿਆਹੀ ਲੱਗ ਗਈ, ਅਸੀਂ ਉਸੇ ਵਕਤ ਇਤਰਾਜ਼ ਲਾ ਦਿੰਦੇ ਇੱਥੇ ਤਾਂ ਜੀ ਔਂਕੜ ਲੱਗਿਆ ਔਂਕੜ ਨਹੀਂ ਲਾਇਆ, ਜਾਂ ਇੱਥੇ ਔਂਕੜ ਲੱਗਿਆ ਨਹੀਂ ਸੀ ਔਂਕੜ ਦਾ ਜਿਹੜਾ ਹੈ ਉਹ ਲਗਾ ਦਿੱਤਾ, ਇਹ ਗਲਤ ਹੋ ਗਿਆ ਅਤੇ ਵਧੀਆ ਗੱਲ ਹੈ। ਪਰ ਜਿਵੇਂ ਇਸ ਤਰ੍ਹਾਂ ਅਸੀਂ ਲਿਖਤ ਦੇ ਉੱਤੇ ਜਿਹੜਾ ਪਹਿਰਾ ਦਿੰਦੇ ਹਾਂ ਕਿ ਕੋਈ ਔਂਕੜ ਅਲੱਗ ਮਾਤਰ ਘੱਟ ਵੱਧ ਨਾ ਹੋਵੇ, ਉਵੇਂ ਬਹੁਤ ਤੌਰ ਦੇ ਉੱਤੇ ਗੁਰਬਾਣੀ ਉਚਾਰਨ ਸੰਬੰਧੀ ਵੀ ਸਾਨੂੰ ਸਖਤੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਕਿ ਜਿਵੇਂ ਗੁਰਬਾਣੀ ਲਿਖੀ ਹੈ ਉਸ ਨੂੰ ਉਸੇ ਕੰਮ ਦੇ ਨਾਲ ਜਿਹੜਾ ਹੈ ਉਹ ਬੋਲਿਆ ਪੜ੍ਹਿਆ ਜਾਂਦਾ। ਗਿਆਨੀ ਮੇਵਾ ਸਿੰਘ ਜੀ ਦੱਸਦੇ ਹੁੰਦੇ ਸਾਨੂੰ ਉਦੋਂ ਸਿੰਘ ਸਾਹਿਬ ਸਾਬਕਾ ਜਥੇਦਾਰ ਜਗਿੰਦਰ ਸਿੰਘ ਜੀ ਲਦਾਤੀ ਉਹਨਾਂ ਦੇ ਨਾਲ ਸਨ ਅਤੇ ਅੰਮ੍ਰਿਤਸਰ ਸਾਹਿਬ ਸਿਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਇੱਕ ਸਮਾਗਮ ਉੱਥੇ ਕਹਿੰਦੇ ਇੱਕ ਵਿਦਵਾਨ ਨੇ ਬੋਲਿਆ ਕਿ ਗੁਰਬਾਣੀ ਦੇ ਅੰਦਰ ਲਗਾਂ ਮਾਤਰਾਵਾਂ ਅਤੇ ਔਂਕੜਾਂ ਦਾ ਉਚਾਰਨ ਜਿਹੜਾ ਹੈ ਅਤੇ ਉਹ ਹੋ ਨਹੀਂ ਸਕਦਾ ਅਤੇ ਜੇ ਨਾ ਹੋਵੇ ਤਾਂ ਕੋਈ ਵੱਡੀ ਗੱਲ ਨਹੀਂ। ਅਤੇ ਗਿਆਨੀ ਮੇਵਾ ਸਿੰਘ ਜੀ ਦੱਸਦੇ ਸਨ ਕਿ ਅਸੀਂ ਉਸ ਸਟੇਜ ਤੋਂ ਕਿਹਾ ਕਿ ਤੁਹਾਡੀ ਗੱਲ ਗਲਤ ਹੈ, ਉਚਾਰਨ ਹੋ ਸਕਦਾ, ਉਹ ਫਿਰ ਵੀ ਇਸ ਗੱਲ 'ਤੇ ਵਧੇ ਦਿੱਤੇ ਉਚਾਰਨ ਨਹੀਂ ਹੋ ਸਕਦਾ। ਕਹਿੰਦੇ ਫਿਰ ਅਸੀਂ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਬਦਾਮੀ ਨਾਲ ਸਨ ਜੀ ਇਹਨਾਂ ਨੂੰ ਬੱਠਾ ਅਤੇ ਚਲੋ ਜੀ ਕਰੋ ਬਠਾ ਅਤੇ ਉਹਨੂੰ ਕਹਿੰਦਾ ਵੀ ਤੂੰ ਬਹਿ ਜਾ ਅਤੇ ਜਿੱਥੇ ਕਿਤੇ ਔਂਕੜ ਸਿਆਰੀ ਪਿਆਰੀ ਉਚਾਰਨ ਨਾ ਹੋਈ ਤਾਂ ਦੱਸ ਵੀ ਕਿਹਦਾ ਉਚਾਰਨ ਹੋਇਆ। ਅਤੇ ਜਦੋਂ ਪਾਠ ਹੋਇਆ ਉਹਦੇ 'ਚ ਔਂਕੜ ਵੀ ਬੋਲੇ, ਸਿਹਾਰੀਆਂ ਵੀ ਬੋਲੀਆਂ, ਬਿਹਾਰੀਆਂ ਵੀ ਬੋਲੀਆਂ ਅਤੇ ਜਿੰਨੇ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਸੀ ਉਹਨਾਂ ਨੇ ਜਗਾਰੇ ਛੱਡ। ਇਹ ਬੜੀ ਵੱਡੀ ਗੱਲ ਹੈ ਇਸ ਪਾਸੇ ਦਮਦਮੀ ਸਾਹਿਬ ਦਾ ਜਿਹੜਾ ਇਹ ਕਦਮ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ ਕਿ ਇਸ ਦਾ ਪ੍ਰਸਾਰ ਜਿਹੜਾ ਹੋਰ ਵੱਡੇ ਪੱਧਰ ਦੇ ਉੱਤੇ ਹੋਣਾ ਚਾਹੀਦਾ ਔਰ ਕੌਮੀ ਸੰਸਥਾਵਾਂ ਨੂੰ ਇਸ ਪੱਖ ਤੋਂ ਦਮਦਮੀ ਸਾਹਿਬ ਨੂੰ ਸਹਾਇਤਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਦੁਨੀਆਂ ਭਰ ਦੇ ਵਸਦੇ ਹੋਏ ਸਿੱਖਾਂ ਦੇ ਅੰਦਰ ਗੁਰਬਾਣੀ ਪਾਠ ਉਚਾਰਨ ਨੂੰ ਇੱਕ ਕਰ ਸਕਦੇ। ਇਹਨਾਂ ਵੀ ਆਉਣ ਵਾਲੀਆਂ ਨਸਲਾਂ ਕਹਿਣ ਕਿ ਲਿਖੀ ਤੁਹਾਡੀ ਗੁਰਬਾਣੀ ਹੋਰ ਤਰ੍ਹਾਂ ਦੀ ਬੋਲੀ ਤੁਸੀਂ ਬੋਲ ਜਾਂਦੇ ਹੋ, ਪਰ ਤੁਸੀਂ ਬੋਲਦੇ ਸ਼ੁੱਧ ਹੋ ਕਿ ਲਿਖੀ ਸ਼ੁੱਧ ਹੈ ਉੱਥੇ ਕੀ ਆਖਾਂ ਉੱਥੇ ਫਿਰ ਕੀ ਸਮਝਾਵਾਂ ਕਿ ਨਹੀਂ ਜੀ ਸ਼ੁੱਧ ਲਿਖੀ ਆ ਅਸੀਂ ਸ਼ੁੱਧ ਬੋਲਦੇ ਤਾਂ ਕਹਿ ਨਹੀਂ ਨਾ ਸਕਦੇ ਕਿ ਨਹੀਂ ਜੀ ਅਸੀਂ ਸ਼ੁੱਧ ਬੋਲਦੇ ਹਾਂ ਲਿਖੀ ਅਸ਼ੁੱਧ ਆਉਣ ਵਾਲੀਆਂ ਨਸਲਾਂ ਨੂੰ ਜਵਾਬ ਦਿੰਦਾ। ਬੜਾ ਇਸ ਪਾਸੇ ਸਮਝਦਾਰੀ ਦਾ ਕੰਮ ਲੈਣ ਦੀ ਜ਼ਰੂਰਤ ਹੈ। ਸੰਤ ਬਾਬਾ ਹਰਨਾਮ ਸਿੰਘ ਜੀ ਉੱਥੇ ਦਮਦਮੀ ਜੀ ਸਾਹਿਬ ਬੈਠੇ ਨੇ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਬੈਠੇ ਨੇ, ਭਾਈ ਜੀਵਾ ਸਿੰਘ ਜੀ ਬੈਠੇ ਨੇ, ਗਿਆਨੀ ਹਰਦੀਪ ਸਿੰਘ ਜੀ ਸਾਡੇ ਮਾਲਵੇ ਦੇ ਇਲਾਕੇ ਜੋ ਬਹੁਤ ਹੀ ਮਹਾਨ
ਬਾਬਾ ਮੇਜਰ ਸਿੰਘ ਜੀ, ਬਾਬਾ ਕੁੰਦਨ ਸਿੰਘ ਜੀ ਬੈਠੇ ਨੇ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਬੈਠੀਆਂ ਨੇ। ਮੈਂ ਸਾਰਿਆਂ ਦਾ ਹੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਇਸ ਪਾਵਨ ਧਰਤੀ 'ਤੇ ਆਉਣ ਦੇ ਔਰ ਇਹ ਪੁਰਬ ਮਨਾਉਣ ਦੇ ਉੱਤੇ ਸਭ ਦਾ ਜਿਹੜੇ ਧੰਨਵਾਦ ਕਰਦਾ ਹੈ। ਉੱਥੇ ਮੈਂ ਸਾਰਿਆਂ ਨੂੰ ਜਿਹੜਾ ਹੈ ਅੱਜ ਦੇ ਇਸ ਕਮਿਊਨਿਟੀ ਸਾਲ ਦੀ ਸਥਾਪਨਾ ਦੇ ਸੰਬੰਧ ਮੁਬਾਰਕਾਂ ਦੀਆਂ ਵਧਾਈਆਂ ਦਿੰਦਾ ਅਤੇ ਇਹਨੂੰ ਆਪਾਂ ਹੋਰ ਵੀ ਅੱਗੇ ਨਾਲ ਜਿਹੜਾ ਹੈ ਉਹ ਚੜ੍ਹਦੇ ਕਲੇ ਦੇ ਨਾਲ ਮਨਾਇਆ ਕਰੀਏ। ਸੰਪੂਰਨਤਾ ਦਿਵਸ ਨੂੰ ਵੀ ਵੱਡੇ ਪੱਧਰ ਦੇ ਵਿੱਚ ਤੇ ਮਨਾਉਣ ਦੀ ਜ਼ਰੂਰਤ ਹੈ। ਕੋਸ਼ਿਸ਼ ਕਰੀਏ ਕਿ ਆਪਾਂ ਇੱਕ ਰੂਪ ਹੀ ਜਿਹੜਾ ਇਸ ਦਿਨ ਨੂੰ ਸੰਪੂਰਨਤਾ ਦਿਵਸ ਨਾਲ ਜੁੜ ਕੇ ਮਨਾਇਆ ਕਰੀਏ। ਇਹ ਹੋਰ ਜਿਹੜਾ ਹੈ ਸ਼ਾਨ ਵਾਲੀ ਗੱਲ, ਮਾਣ ਵਾਲੀ ਗੱਲ ਜਿਹੜੀ ਗੱਲ ਹੋਊਗੀ, ਯਤਨ ਵੀ ਕਰਾਂਗੇ ਇਹਨੇ ਸ਼ਬਦ ਪ੍ਰਵਾਨ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਨੂੰ ਸਿੰਘ ਸਾਹਿਬ ਗਿਆਨਪ੍ਰੀਤ ਸਿੰਘ ਜੀ ਉਹਨਾਂ ਨੇ ਆਪਣੇ ਦੇ ਨਾਲ ਕਰਨ ਲਈ ਸਾਨੂੰ ਪਾਈ ਹੈ। ਹੁਣ ਬੇਨਤੀ ਕਰਾਂਗੇ ਦਮਦਮੇ ਟਕਸਾਲ ਦੇ ਵੱਲੋਂ ਜੋ ਸਮਾਗਮ ਕੀਤੇ ਜਾ ਰਹੇ ਨੇ ਔਰ ਸੰਪੰਨਤਾ ਹੋ ਰਹੀ ਹੈ, ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ। ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਔਰ ਤਖਸੀ ਦਮਦਮਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਨ ਦੇ ਤੌਰ 'ਤੇ ਇਸ ਗੱਲ ਜੋ ਗਿਆਨੀ ਭਾਈ ਸੁਖਦੇਵ ਸਿੰਘ ਜੀ ਉਹ ਸਾਰੀਆਂ ਕੰਮੀਆਂ ਸੰਗਤਾਂ ਦਾ ਸਮੁੱਚੇ ਪ੍ਰਬੰਧ ਦਾ ਧੰਨਵਾਦ ਕਰਨਗੇ। ਬਹੁਤ ਧੰਨਵਾਦ ਕਰਨਗੇ ਉਹਨਾਂ ਤੋਂ ਬਾਅਦ ਸੰਤ ਗਿਆਨੀ ਅਨੰਦ ਸਿੰਘ ਜੀ ਉਹ ਵੀ ਆਪਣੇ ਦੇ ਨਾਲ ਚਾਰਾ ਨਿਸ਼ਾਨ ਪਾਉਣਗੇ। ਪਟਿਆਲਾ ਸਾਹਿਬ ਅਰਪਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪੰਥ ਸਾਹਿਬ ਜੀ ਦੇ ਪ੍ਰਾਇਮਨ ਉੱਚਾ ਸਾਸਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਸੰਗਤ ਗੁਰੂ ਕਾ ਖਾਲਸਾ ਪੰਥ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਮਦਮੇ ਟਕਸਾਲ ਦਾ ਸਥਾਪਨਾ ਦਿਵਸ ਮਨਾ ਰਹੇ। ਇਹ ਜੋ ਦਮਦਮੇ ਟਕਸਾਲ ਸਾਹਿਬ ਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਾਰੰਭ ਜੋ ਸੀਨੇ ਪਸੀਨੇ ਗੁਰਬਾਣੀ ਦੇ ਅਰਥ ਗੁਰਧਾਮਾਂ ਦੀ ਸੇਵਾ ਹਰ ਪ੍ਰਕਾਰ ਦੀ ਸੇਵਾ ਕਰਦੀ ਆ ਰਹੀ ਹੈ। ਗੁਰੂ ਪਿਆਰਿਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਦਮਦਮੇ ਟਕਸਾਲ ਵੱਲੋਂ ਤਖਤ ਸਾਹਿਬ ਵਿਖੇ ਸਥਾਪਨਾ ਦੇ ਉੱਤੇ ਚੜ੍ਹਦੇ ਕਲਾ ਮਨਾਇਆ ਜਾ ਰਿਹਾ ਹੈ। ਸੋ ਹਰ ਸਾਲ ਹੀ ਤਖਤ ਸਾਹਿਬ 'ਤੇ ਦਮਦਮੇ ਟਕਸਾਲ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਟਵਾਰ ਵੱਲੋਂ ਵੀ ਦਮਦਮੇ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਖਾਂ ਵੱਲੋਂ ਜੋ ਪ੍ਰੋਗਰਾਮ ਪ੍ਰਾਰੰਭ ਕੀਤੇ ਗਏ ਪਾਠਪੁਰ ਸਮਾਗਮ ਜੀ ਵਿਖੇ ਸੰਤਾਨਪੁਰ ਸਾਹਿਬ ਵਿਖੇ। ਸੋ ਇਸੇ ਤਰ੍ਹਾਂ ਹੀ ਥਾਵਾਂ 'ਤੇ ਗੁਰਮਤਿ ਪ੍ਰਚਾਰ ਪ੍ਰਸਾਰ ਦੀ ਸੇਵਾ ਚੱਲ ਰਹੀ ਹੈ। ਸੋ ਜਿੱਥੇ ਹੋਰ ਵੀ ਸੇਵਾਵਾਂ ਚੱਲ ਰਹੀਆਂ ਹਨ ਉੱਥੇ ਦਮਦਮੇ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦੁਆਰਾ ਸਿੰਘ ਪ੍ਰਤਾਪ ਸਿੰਘ ਵਿਖੇ ਜੋ ਗੁਰਮਤਿ ਕਾਲਜ ਜਿੱਥੇ 10 ਪੜ੍ਹਿਆ ਬੱਚਾ ਲਿਆ ਜਾਂਦਾ ਹੈ, ਪਹਿਲੋ ਕਲਾਸ ਨੂੰ ਬੱਚਾ ਲਿਆ ਜਾਂਦਾ ਸੀ। ਮਹਾਂਪੁਰਖਾਂ ਨੇ ਹੋਰ ਵੀ ਉਪਰਾਲਾ ਕੀਤਾ ਹੈ ਕਿ 10 ਪੜ੍ਹਿਆ ਬੱਚਾ ਵੀ 11ਵੀਂ 12ਵੀਂ ਉੱਥੇ ਕਰੇਗਾ, ਨਾਲ ਵੀ ਇੰਨੇ ਉਸ ਤੋਂ ਪੜ੍ਹਨਾ। ਜਿੱਥੇ ਬੱਚੇ ਨੇ 11ਵੀਂ 12ਵੀਂ ਬਾਅਦ ਪੜ੍ਹਨੀ ਹੈ, ਬੀ ਏ ਐੱਮ ਏ ਕਰਨੀ ਹੈ, ਉਹ ਦਮਦਮੇ ਟਕਸਾਲ ਵਿੱਚ ਰਹਿੰਦਿਆਂ ਹੋਇਆਂ ਇੱਕ ਮਹਾਨ ਗੁਰਮਤਿ ਦਾ ਧਾਰਨੀ ਮਹਾਨ ਵਿਦਵਾਨ ਬਣ ਕੇ ਉੱਥੋਂ ਨਿਕਲੇ। ਸੋ ਦਮਦਮੇ ਟਕਸਾਲ ਦਾ ਜੋ ਕਾਲਜ ਚੱਲ ਰਿਹਾ ਹੈ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੁਨੀ ਵਰਾਇਟੀ, ਗੁਰੂ ਨਾਨਕ ਜੁਨੀ ਵਰਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ। ਉੱਥੋਂ ਦਮਦਮੇ ਟਕਸਾਲ ਦੇ ਵਿੱਚ ਜੋ ਕਾਲਜ ਚੱਲ ਰਿਹਾ, ਉੱਥੋਂ ਦੇ ਵਿਦਿਆਰਥੀਆਂ ਦੇ ਤਿੰਨ ਅਸਥਾਨ ਜੋ ਪਹਿਲਾ ਦੂਜਾ ਤੀਜਾ ਅਸਥਾਨ ਅਤੇ ਦਮਦਮੇ ਟਕਸਾਲ ਦੇ ਵਿਦਿਆਰਥੀ ਪੜ੍ਹਦੇ ਰਹੇ। ਭਾਵ ਇਸ ਅਸਥਾਨ ਤੋਂ ਜਿੱਥੇ ਪੰਜਾਬੀ ਵਿੱਦਿਆ ਪੜ੍ਹ ਰਹੇ ਪੜ੍ਹ ਕੇ ਬੱਚੇ, ਅਤੇ ਨਾਲ ਨਾਲ ਗੁਰੂ ਪੰਥ ਦੀ ਸੇਵਾ ਵੀ ਨਿਭਾਉਣਗੇ। ਗੁਰੂ ਮੁਖ ਪਿਆਰੇ ਉਹ ਦਾਸ ਬੇਨਤੀ ਕਰੇਗਾ ਜਿਨ੍ਹਾਂ ਨੇ ਵੀ ਆਪਣੇ ਬੱਚੇ ਉੱਥੇ ਬੱਚੇ ਬਿਲਕੁਲ ਫਰੀ ਪ੍ਰਸ਼ਾਦਾ ਪਾਣੀ ਰੋਟੀ ਪਾਣੀ ਸਾਰੀ ਪੜ੍ਹਾਈ ਦਾ ਖਰਚਾ ਦਮਦਮੇ ਟਕਸਾਲ ਵੱਲੋਂ ਕੀਤਾ ਜਾ ਰਿਹਾ। ਤਕਰੀਬਨ 70,000 ਇੱਕ ਬੱਚੇ ਦਾ ਖਰਚਾ ਹੁੰਦਾ ਸਾਲਾਨਾ। ਕੋਈ ਮਾਪਿਆਂ ਤੋਂ ਘਰ ਵਾਲਿਆਂ 'ਤੇ ਖਰਚਾ ਨਹੀਂ ਲਿਆ ਜਾਂਦਾ, ਇਸ ਕਰਕੇ ਆਪਣਾ ਸਾਰਿਆਂ ਦਾ ਖਰਚ ਬਣਦਾ ਇਹੋ ਜਿਹੇ ਕਾਲਜਾਂ ਦੇ ਬੱਚਿਆਂ ਨੂੰ ਪੜ੍ਹਾਈ। ਸੋ ਗੁਰੂ ਕਿਰਪਾ ਕਰੇ ਕਿ ਜੋ ਦਮਦਮੇ ਟਕਸਾਲ ਦੇ ਵਿੱਚ ਪੜ੍ਹੇ ਹੋਏ ਬੱਚੇ ਗੁਰਮਤ ਦੇ ਧਾਰਮੀ ਔਰ ਇਸੇ ਤਰ੍ਹਾਂ ਗੁਰਸਿੱਖ ਪੈਦਾ ਕੀਤੇ ਜਾਂਦੇ ਹੈ, ਔਰ ਸਾਰੇ ਵਿਦਵਾਨਾਂ ਨੇ ਆਪ ਜੀ ਨੂੰ ਦਰਸਾਇਆ ਹੈ ਕਿ ਜੋ ਦਮਦਮੇ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਉਸਾਈ ਹੋਈ ਹੈ, ਇੱਥੇ ਬੱਚੇ ਦਾ ਜੀਵਨ ਗੁਰਮਤ ਦਾ ਧਾਰਮੀ ਵਿਦਵਾਨ ਬਣ ਕੇ ਇੱਥੋਂ ਨਿਕਲਦਾ। ਸੋ ਦਾਸ ਬੇਨਤੀ ਕਰੇਗਾ, ਧੰਨਵਾਦ ਵੀ ਕਰਦਾ ਇੱਥੋਂ ਦੇ ਪ੍ਰਬੰਧਕ ਸਿੰਘ ਸਾਹਿਬਾਂ ਸਾਰਿਆਂ ਨੇ ਸਿੰਘ ਸਾਹਿਬ ਤੋਂ ਲੈ ਕੇ ਛੋਟੇ ਸੇਵਾਦਾਰਾਂ ਤੱਕ ਬੜੇ ਚਾਅ ਦੇ ਨਾਲ ਸਾਨੂੰ ਸਹਿਯੋਗ ਦੇ ਰਹੇ ਹਨ। ਸੋ ਸਾਡੇ ਨਾਲ ਇਸ ਇਲਾਕੇ ਦੇ ਵੀ ਨਿਕਲ ਰਹੇ ਹਨ ਭਾਈ ਬੂਟਾ ਸਿੰਘ ਜੀ ਜਹਿਦਮ ਸਾਹਿਬ, ਔਰ ਜਿਨ੍ਹਾਂ ਨੇ ਅਣਥੱਕ ਸੇਵਾ ਹੈ, ਜਿੱਥੇ ਵੀ ਜਹਿਦਮ ਸਾਹਿਬ ਨੂੰ ਬੇਨਤੀ ਕਰੀਏ ਬੜੇ ਚਾਅ ਅਤੇ ਉਤਸ਼ਾਹ ਨਾਲ ਸੇਵਾ ਕਰਦੇ ਹੈ। ਸੋ ਇਸੇ ਤਰ੍ਹਾਂ ਹੋਰ ਵੀ ਮੰਗਿਆ ਨਾਲ ਸਾਹਿਬ ਇੱਥੋਂ ਦੇ ਮਹਾਂਪੁਰਖ ਵੀ ਪਹੁੰਚੇ ਜਿਨ੍ਹਾਂ ਦਾ ਨਾਮ ਮਹਾਂਪੁਰਖਾਂ ਵਿੱਚ ਰਹਿਣਾ। ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ, ਹਰ ਸਾਲ ਇਸੇ ਤਰ੍ਹਾਂ ਆਪਾਂ ਹਾਜ਼ਰੀ ਭਰਿਆ ਕਰੀਏ। ਸ੍ਰੀ ਤਖਤ ਸਾਹਿਬ ਵਿਖੇ ਦਮਦਮੇ ਟਕਸਾਲ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਨਾਲ ਵਿਚਾਰਾਂ ਦੇ ਸਾਹਮਣਾ ਹੈ ਸਨ ਭਾਈ ਸੁਖਦੇਵ ਸਿੰਘ ਜੀ। ਉਹਨਾਂ ਨੇ ਮੌਜੂਦਾ ਦੌਰ ਦੇ ਵਿੱਚ ਜੋ ਦਮਦਮੇ ਟਕਸਾਲ ਦੇ ਵੱਲੋਂ ਵਿੱਦਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਦਾਂ ਗੁਰਮਤਿ ਕਾਲਜ, ਗੁਰਮਤਿ ਵਿਦਿਆਲਿਆ ਖੋਲ ਕੇ ਉੱਥੇ ਵਿਦਿਆਰਥੀਆਂ ਨੂੰ ਗੁਰਬਾਣੀ ਇਤਿਹਾਸ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਉਹਦੇ ਸੰਬੰਧ ਵਿੱਚ ਵੀ ਕਾਫੀ ਸਾਰੇ ਵਿਚਾਰ ਸਾਹਿਬ ਜੀ ਕੀਤੇ ਨੇ। ਬਹੁਤ ਬਹੁਤ ਧੰਨਵਾਦ। ਹੁਣ ਅੱਧੀ ਸਤਿਕਾਰ ਜੋ ਦਮਦਮੇ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਉਹ ਆਪ ਜੀ ਨੂੰ ਇਸ ਸ਼ੁਭ ਮੌਕੇ 'ਤੇ ਦਮਦਮੇ ਟਕਸਾਲ ਦੇ ਸਥਾਪਨਾ ਦਿਵਸ ਦੇ ਮੌਕੇ 'ਤੇ ਕੀ ਕੀ ਵਿਚਾਰਾਂ ਸਨ ਕਹਾਉਣਗੇ। ਬਹੁਤ ਸਤਿਕਾਰਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਗੰਗਾ ਵਾਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਜੋ ਗੁਰੂ ਗੋਬਿੰਦ ਸਿੰਘ ਗੁਰੂ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਤ ਅਤੇ ਗੁਰੀ ਵਿਖੇ ਦੂਰ ਕਰਕੇ ਇਸ ਮਹਾਨ ਜਥੇਬੰਦੀ ਦੇ ਸੰਸਥਾਪਕ ਔਰ ਇਸ ਮਹਾਨ ਜਥੇਬੰਦੀ ਦੇ ਬਾਣੀ ਸਤਿਗੁਰੂ ਪਾਪ ਦੰਦਵੀਂ ਪਛਾਣ ਜਿਸ ਮਹਾਨ ਜਥੇਬੰਦੀ ਦਾ ਅੱਜ ਸਥਾਪਨਾ ਦਿਹਾੜਾ ਆਪਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਮਨਾ ਰਹੇ ਹਾਂ। ਸਾਧ ਸੰਗਤ ਜੀ ਤਿੰਨ ਦਿਨਾਂ ਤੋਂ ਇਹ ਸਮਾਗਮ ਚੱਲ ਰਹੇ ਹੈ ਜਿਨ੍ਹਾਂ ਵਿੱਚ ਦਮਦਮੀ ਪਛਾਣ ਦੇ ਵਿਦਿਆਰਥੀ ਰਾਗੀ ਜਥੇ ਕੀਰਤਨ ਦੀ ਸੇਵਾ ਕਰ ਰਹੇ ਹੈ, ਜਿਨ੍ਹਾਂ ਵਿੱਚ ਸਰਕਾਰ ਨਾਮ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਬੜੀਆਂ ਭਾਰੀ ਸੇਵਾਵਾਂ ਪਾ ਰਹੇ ਹਨ ਬੜੀ ਤਨਦੇਹੀ ਦੇ ਨਾਲ। ਮੈਂ ਜ਼ਿਕਰ ਕਰਦੇ ਹਾਂ ਜਥੇਦਾਰ ਭਾਈ ਸੁਖਦੇਵ ਸਿੰਘ ਜੀ 2006 ਤੋਂ ਬਾਅਦ ਜਦੋਂ ਆਪਾਂ 300 ਸਾਲਾਂ ਦਮਦਮੀ ਪਛਾਣ ਦਾ ਸਥਾਪਨਾ ਦਿਹਾੜਾ ਇਸ ਅਸਥਾਨ 'ਤੇ ਬੜੀ ਵੱਡੀ ਪੱਧਰ 'ਤੇ ਮਨਾਇਆ ਸੀ, ਉਸ ਤੋਂ ਲੈ ਕੇ ਅੱਜ ਤੱਕ ਇਹ ਵੱਡੀ ਘਟਨਾ ਵੱਡੀ ਸੇਵਾ ਦਮਦਮੀ ਪਛਾਣ ਦੇ ਮਹਾਨ ਜ਼ਿੰਮੇਵਾਰ ਔਰ ਵਿਦਿਆਰਥੀ ਸਤਿਕਾਰਯੋਗ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਦਾ ਉਪਰਾਲਾ ਹੈ, ਜਿਹੜੇ ਹਰ ਸਾਲ ਆ ਕੇ ਇੱਥੇ ਇਹਨਾਂ ਸਮਾਗਮਾਂ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕਰਦੇ ਰਹੇ ਹੈ ਔਰ ਇਹਨਾਂ ਸਮਾਗਮਾਂ ਨੂੰ ਕਰਾਉਣ ਵਿੱਚ ਉਹਨਾਂ ਦੀ ਵੱਡੀ ਭਾਰੀ ਸੇਵਾ ਅਤੇ ਦੇਣ ਹੈ। ਸੋ ਉਹਨਾਂ ਦਾ ਮੈਂ ਬਹੁਤ ਬਹੁਤ ਚੰਗੀਆਂ ਗਵਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ। ਔਰ ਸਾਧ ਸੰਗਤ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਉਸ ਮਹਾਨ ਤਖ਼ਤ ਦੇ ਜਥੇਦਾਰ, ਸਿੱਖ ਕੌਮ ਦੇ ਮਹਾਨ ਕੋਟੀ ਦੇ ਵਿਦਵਾਨ, ਸਨਮਾਨਯੋਗ ਸਿੱਖ ਸਾਹਿਬਜ਼ਾਦੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦਾ ਦਮਦਮੀ ਪਛਾਣ ਦੇ ਸਥਾਪਨਾ ਦਿਹਾੜੇ ਵਿੱਚ ਬਹੁਤ ਵੱਡਾ ਵਡਮੁੱਲਾ ਪਿਛਲੇ ਸਾਲਾਂ ਤੋਂ ਯੋਗਦਾਨ ਹੈ ਔਰ ਉਹਨਾਂ ਦੇ ਯੋਗਦਾਨ ਦੀ ਬਦੌਲਤੀ ਤਖ਼ਤ ਸਾਹਿਬ ਜੀ ਅਤੇ ਇਸ ਸੰਸਥਾ ਦਾ ਦਮਦਮੀ ਪਛਾਣ ਦਾ ਹਰ ਸਾਲ ਸਥਾਪਨਾ ਦਿਹਾੜਾ ਮਨਾਇਆ ਜਾਂਦਾ ਹੈ। ਸੋ ਸਾਧ ਸੰਗਤ ਜੀ, ਮੈਂ ਸਿੰਘ ਸਾਹਿਬ ਜੀ ਦਾ, ਨੇਤਰ ਸਾਹਿਬ ਜੀ ਦਾ ਔਰ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸੇ ਤਰ੍ਹਾਂ ਮੈਂ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਨਮਾਨ ਤੋਂ ਗਿਆਨੀ ਗੁਰਦੱਤ ਸਿੰਘ ਜੀ ਦਾ, ਇੱਥੋਂ ਦੇ ਸਾਰੇ ਰਾਗੀ ਸਾਹਿਬਾਨਾਂ ਦਾ, ਕਥਾਵਾਚਕ ਸਾਹਿਬਾਨਾਂ ਦਾ, ਪ੍ਰਚਾਰਕਾਂ ਦਾ, ਸੇਵਾਦਾਰਾਂ ਦਾ ਔਰ ਇਸ ਮਾਮਲੇ ਵਿੱਚ ਅੱਜ ਵੱਡੀ ਪੱਧਰ 'ਤੇ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਜਥੇ ਵੀ ਪਹੁੰਚੇ ਹੈ, ਜਿਨ੍ਹਾਂ ਨੇ ਕੀਰਤਨ ਦੀਆਂ ਸੇਵਾਵਾਂ ਕਰਨੀਆਂ ਔਰ ਢਾਡੀ ਜਥੇ ਵੀ ਪਹੁੰਚੇ ਹੈ। ਇਸ ਮਾਲ ਨੂੰ ਲਗਭਗ 3-4 ਵਜੇ ਤੱਕ ਸ਼ਾਮ ਤੱਕ ਕਰਨਾ। ਮੈਂ ਉਹਨਾਂ ਸਾਰੇ ਰਾਗੀ ਢਾਡੀ ਜਥਿਆਂ ਦਾ ਵੀ, ਵਿਦਵਾਨਾਂ ਦਾ ਵੀ ਰੋਮ ਰੋਮ ਕਰਕੇ ਦਿਨ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਔਰ ਅੱਜ ਦੇ ਇਸ ਮਹਾਨ ਸਮਾਗਮ ਵਿੱਚ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਔਰ ਇਸੇ ਤਰ੍ਹਾਂ ਮਹਾਂਪੁਰਖ ਸੰਤ ਬਾਬਾ ਕੁਦਰਤ ਸਿੰਘ ਜੀ ਦੇਸੂ ਸ਼ਹੀਦਾਂ, ਸੰਤ ਬਾਬਾ ਮਹਿੰਦਰ ਸਿੰਘ ਜੀ ਦੇਸੂ ਸ਼ਹੀਦਾਂ, ਸੰਤ ਬਾਬਾ ਪ੍ਰੀਤਮ ਸਿੰਘ ਜੀ ਬਲੜੀ ਵਾਲੇ, ਇਸੇ ਤਰ੍ਹਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਤਲੋਕੇ ਵਾਲੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰ ਵੀ ਹਨ ਔਰ ਉਹਨਾਂ ਦਾ ਵੀ ਇਹਨਾਂ ਸਮਾਗਮਾਂ 'ਚ ਭਾਰੀ ਸਾਨੂੰ ਸਹਿਯੋਗ ਹੁੰਦਾ ਹੈ।
ਇਸੇ ਤਰ੍ਹਾਂ ਸੰਤ ਬਾਬਾ ਦਰਸ਼ਨ ਸਿੰਘ ਜੀ ਮਾਲੋ ਦਾ ਪਤਾ, ਸੰਤ ਬਾਬਾ ਹਰਚਰਨ ਸਿੰਘ ਜੀ ਆਲੂ ਵਾਲੇ ਔਰ ਸਾਡੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਸੀਰ ਸਿੰਘ ਜੀ ਮਾਂਗੇਆਣਾ, ਸਰਦਾਰ ਅਮਰੀਕ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਟਸ਼ਮੀਰ, ਔਰ ਭਾਈ ਰਜਪਾਲ ਸਿੰਘ ਜੀ ਢੋਕਮੋਹੇ, ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਰੋਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਭਾਈ ਜੱਜ ਸਿੰਘ ਜੀ, ਜਥੇਦਾਰ ਭਾਈ ਬੂਟਾ ਸਿੰਘ ਜੀ ਸੰਗੋਲਗੜ੍ਹ ਵਾਲੇ, ਉਹ ਤਿੰਨੇ ਦਿਨਾਂ ਤੋਂ ਬੜੀ ਤਨਦੇਹੀ ਨਾਲ ਲੱਗੇ ਹੋਏ ਹਨ। ਇਸੇ ਤਰ੍ਹਾਂ ਡਾਕਟਰ ਸਰਦਾਰ ਗੁਰਸੇਵਕ ਸਿੰਘ ਜੀ ਕਿੰਗਰਾ, ਗਿਆਨੀ ਬਚਨ ਸਿੰਘ ਜੀ ਮਲਣ ਵਾਲੇ ਮਲਣ ਤੋਂ ਬਿਆਨ ਸੰਗਤ ਆਈ ਹੈ, ਭਾਈ ਬਲਵਿੰਦਰ ਸਿੰਘ ਜੀ ਰੋਡੇ ਗੁਰਦੁਆਰਾ ਸਾਹਿਬ ਖਾਲਸਾ ਗਿਆਨੀ ਪੀਰ ਦੇ ਤੌਰ 'ਤੇ ਪਹੁੰਚੇ ਹੈ, ਨਾਲ ਸਿੰਘਾਂ ਨੂੰ ਲੈ ਕੇ, ਭਾਈ ਰਣਜੀਤ ਸਿੰਘ ਜੀ ਲੰਗਿਆਣੇ ਤੋਂ, ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਣੇ ਵਾਲਿਆਂ ਦੇ ਪੋਤਰੇ, ਉਹ ਵੀ ਸੰਗਤ ਨੂੰ ਨਾਲ ਲੈ ਕੇ ਆਏ ਹੈ। ਇਸੇ ਤਰ੍ਹਾਂ ਸੰਤ ਬਾਬਾ ਗੁਰਮੀਤ ਸਿੰਘ ਜੀ ਫੋਸਾ ਕੋਟਲਾ, ਇਸ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਸੰਗਤ ਦੇ ਵਿੱਚ ਇਸ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੀਆਂ ਹਨ। ਸੋ ਮੈਂ ਸਾਰਿਆਂ ਦਾ ਹਾਰਦਿਕ ਤੌਰ 'ਤੇ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਸਾਡੇ ਦਮਦਮੀ ਟਕਸਾਲ ਦੇ ਮਹਾਨ ਵਿਦਵਾਨਾਂ ਦਾ, ਜਿਨ੍ਹਾਂ ਵਿੱਚ ਸਨਮਾਨਯੋਗ ਗਿਆਨੀ ਹਰਦੀਪ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸੁੰਦਰ ਤੌਰ ਫਿਲੋਸਫੀ ਦੀਆਂ ਵਿਚਾਰਾਂ ਔਰ ਧਾਰਮਿਕ ਵਿਚਾਰਾਂ ਸਰਵਣ ਕਰਵਾਈਆਂ, ਔਰ ਸਾਡੇ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਗਿਆਨੀ ਜੀਵਾ ਸਿੰਘ ਜੀ, ਇਸ ਤੋਂ ਇਲਾਵਾ ਸੰਤ ਸਿੰਘ ਜੀ, ਜਿੰਨੇ ਵੀ ਪਤਵੰਤੇ ਆਏ ਹੈ, ਮੈਂ ਉਹਨਾਂ ਸਾਰਿਆਂ ਦਾ ਜਿੱਥੇ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ। ਅਤੇ ਇਸੇ ਤਰ੍ਹਾਂ ਭਾਈ ਸੁਖਜੀਤ ਸਿੰਘ ਜੀ ਭਾਈ ਕਪੂਰਥਲੇ ਤੋਂ ਪਹੁੰਚੇ ਹੈ, ਇਸੇ ਤਰ੍ਹਾਂ ਢੋਕਮੋਹੇ ਤੋਂ ਬਿਆਨ ਸੰਗਤ ਜਥੇਦਾਰ ਭਾਈ ਰਸ਼ਪਾਲ ਸਿੰਘ ਜੀ ਨਾਲ ਲੈ ਕੇ ਆਏ ਹੈ, ਔਰ ਬੁੱਢੀਮਾਲ ਤੋਂ ਭਾਈ ਭੋਲਾ ਸਿੰਘ ਜੀ ਬਿਆਨ ਸੰਗਤ ਨੂੰ ਨਾਲ ਲੈ ਕੇ ਆਏ ਹੈ। ਸੋ ਸਾਰਿਆਂ ਦੇ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਦੀ ਇਹ ਕਿਰਪਾ ਹੋਈ ਹੈ, ਉਸ ਮਹਾਨ ਸਤਿਗੁਰੂ ਜੀ ਦਾ ਮੈਂ ਰੋਮ ਰੋਮ ਕਰਕੇ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਦੀ ਸਦਾ ਕਿਰਪਾ ਇਸ ਲਹਿਰੇ ਪ੍ਰਤੀਕ 'ਤੇ ਵਰਤ ਰਹੀ ਹੈ। ਔਰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਇਸ ਤਖਤ ਸਾਹਿਬ ਜੀ ਦੇ, ਜਿਨ੍ਹਾਂ ਨੇ 52 ਸਾਲ ਜਥੇਦਾਰ ਰਹਿ ਕੇ ਇੰਨਾ ਲੰਬਾ ਸਮਾਂ ਸੇਵਾ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹਿੱਸੇ ਆਈ, ਜਿਨ੍ਹਾਂ ਨੇ 52 ਸਾਲ ਲਗਾਤਾਰ ਬਤੌਰ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਈਆਂ। ਇਸ ਕਰਕੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਸ਼ੁਕਰਾਨਾ, ਜਿਨ੍ਹਾਂ ਦੀ ਕਿਰਪਾ ਨਾਲ ਇਹ ਸਾਰੇ ਸਮਾਗਮ ਸੰਪੰਨ ਹੋਏ ਹੈ। ਸੋ ਸਾਧ ਸੰਗਤ ਜੀ, ਬਾਬਾ ਜੱਜ ਜੀ ਜਲਾਲਾਬਾਦ ਤੋਂ, ਜਿਨ੍ਹਾਂ ਦੀ ਬਹੁਤ ਵੱਡੀ ਸੇਵਾ, ਹੋਰ ਵੀ ਜਿੰਨੇ ਟਕਸਾਲ ਨਾਲ ਸੰਬੰਧਿਤ ਗਿਆਨੀ ਕਥਾ ਵਾਚ ਪ੍ਰਚਾਰ ਸੰਤ ਮਹਾਂਪੁਰਖ ਹਾਜ਼ਰੀਆਂ ਭਰ ਰਹੇ ਹਨ, ਮੈਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ। ਸਤਿਗੁਰੂ ਜੀ ਦਾ ਉਟਾਰ ਕੋਟ ਸ਼ੁਕਰਾਨਾ ਹੈ। ਸੰਤ ਜੀ, ਮੈਂ ਫਿਰ ਬੇਨਤੀ ਕਰਦੇ ਹਾਂ ਕਿ ਹਰ ਸਾਲ 23 ਸਾਵਣ 7 ਅਗਸਤ ਨੂੰ ਆਪਾਂ ਦਮਦਮੀ ਟਕਸਾਲ ਦਾ ਸਥਾਪਨਾ ਦਿਹਾੜਾ ਤਖਤ ਸਾਹਿਬ ਜੀ ਦੇ ਉੱਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਇਆ ਕਰੇਗਾ। ਮੈਂ ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਾਂਗਾ, ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਾਂਗਾ ਕਿ 23 ਸਾਵਣ 1763 ਔਰ
1706 ਈਸਵੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ ਸੀ ਇਸ ਸਥਾਨ 'ਤੇ, ਔਰ ਉਸੇ ਦਿਨ ਹੀ ਸਤਿਗੁਰੂ ਜੀ ਨੇ ਦਮਦਮੀ ਟਕਸਾਲ ਦੀ ਸਥਾਪਨਾ ਕੀਤੀ। ਇਸ ਕਰਕੇ ਜੇ ਹੋ ਸਕੇ ਤਾਂ ਆਪਾਂ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਅਪੀਲ ਵੀ ਔਰ ਬੇਨਤੀ ਵੀ ਕਰਾਂਗਾ, ਸਿੱਖ ਸਾਹਿਬ ਜੀ ਨੂੰ ਵੀ ਅਪੀਲ ਔਰ ਮੇਰੀ ਬੇਨਤੀ ਹੈ ਕਿ ਆਪਾਂ ਸੰਪੂਰਨਤਾ ਦਿਹਾੜਾ ਬੜੀ ਸ਼ਰਧਾ ਨਾਲ ਇੱਥੇ ਮਨਾਇਆ ਕਰੀਏ, ਔਰ ਨਾਲ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਵੀ ਮਨਾਇਆ ਜਾਇਆ ਕਰੇਗਾ। ਸੋ ਹਰ ਸਾਲ ਆਪ ਸੰਗਤਾਂ ਨੇ ਹੁਕਮ ਪਾ ਕੇ ਇਹਨਾਂ ਸਮਾਗਮਾਂ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਆ ਕਰਦੀ ਹੈ। ਦਮਦਮੀ ਟਕਸਾਲ ਵੱਲੋਂ 15 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਸਾਲਾ ਅੰਪਾਰ ਧਾਰਨ ਦੇ ਗੁਰਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਨਾਨਕ ਪਿਆਰ ਸਾਹਿਬ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਹੋ ਰਹੀ ਹੈ। ਉਹਨਾਂ ਸ਼ੁੱਧ ਪਾਠ ਬੋਧ ਸਮਾਗਮਾਂ ਵਿੱਚ ਤੁਸੀਂ ਵੱਧ ਤੋਂ ਵੱਧ ਸੰਗਤ ਨੇ ਪਹੁੰਚ ਕੇ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਆਪ ਹਾਜ਼ਰੀਆਂ ਭਰਨੀਆਂ, ਔਰ ਆਪ ਆ ਕਰਕੇ ਭਾਈ ਸੰਗਤਾਂ ਦੀ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸੱਥਿਆ ਪ੍ਰਾਪਤ ਕਰਨੀ ਹੈ। ਇਸੇ ਤਰ੍ਹਾਂ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੂਰੀਆਂ ਸਿੱਖ ਸੰਪਰਦਾਵਾਂ, ਸੰਤ ਸਮਾਗ, ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਪਾਠ ਬੋਧ ਸਮਾਗਮ 1 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਚੱਲਣੇ ਹਨ। ਸੋ ਸੰਗਤਾਂ ਨੂੰ ਬੇਨਤੀ ਹੈ 1 ਅਕਤੂਬਰ ਤੋਂ ਲੈ ਕੇ 9 ਨਵੰਬਰ ਤੱਕ ਉਹਨਾਂ ਸ਼ੁੱਧ ਪਾਠ ਬੋਧ ਸਮਾਗਮਾਂ ਵਿੱਚ ਵੀ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰਨੀ ਹੈ। ਔਰ ਦਮਦਮੀ ਟਕਸਾਲ ਦਾ ਜੋ ਕੇਂਦਰੀ ਹੈੱਡਕੁਆਟਰ ਅਸਥਾਨ ਹੈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉਹਦਾ 50 ਸਾਲ ਦਾ ਸਥਾਪਨਾ ਦਿਵਸ 22-23-24-25 ਅਕਤੂਬਰ ਨੂੰ ਮਨਾਇਆ ਜਾ ਰਿਹਾ, ਜਿਸ ਦੀ ਸਾਰੀ ਦੇਖ ਰੇਖ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਰ ਰਹੇ ਹਨ। ਉਹਨਾਂ ਦੀ ਦੇਖ ਰੇਖ ਵਿੱਚ, ਉਹਨਾਂ ਦੀ ਅਗਵਾਈ ਵਿੱਚ ਇਹ ਸਾਰੇ ਸਮਾਗਮ ਹੁੰਦੇ ਹਨ, ਔਰ 5 ਸੈਮੀਨਾਰ ਕੀਤੇ ਜਾਂਦੇ ਹਨ। ਸਾਧ ਸੰਗਤ ਜੀ, 4 ਸਤੰਬਰ ਦਾ ਸੈਮੀਨਾਰ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਾ, 14 ਸਤੰਬਰ ਦਾ ਸੈਮੀਨਾਰ ਮਾਤਾ ਸੁੰਦਰ ਕੌਰ ਜੀ, ਜਿਹਦਾ ਨਾਮ ਪ੍ਰਸਿੱਧ ਤੌਰ 'ਤੇ ਮਾਤਾ ਸੁੰਦਰੀ ਕਾਲਜ ਦਿੱਲੀ ਵਿਖੇ, ਇਹ 14 ਸਤੰਬਰ ਨੂੰ ਦਿੱਲੀ ਵਿਖੇ ਹੋਣਾ। 18 ਸਤੰਬਰ ਨੂੰ ਪਟਿਆਲਾ ਯੂਨੀਵਰਸਿਟੀ ਵਿਖੇ ਬੜਾ ਭਾਰੀ ਸੈਮੀਨਾਰ ਹੋ ਰਿਹਾ ਹੈ। 16 ਅਕਤੂਬਰ ਨੂੰ ਮੁੰਬਈ ਸ਼ਹਿਰ ਵਿੱਚ ਬੜਾ ਭਾਰੀ ਸੈਮੀਨਾਰ ਹੋਏਗਾ, ਔਰ 20 ਅਕਤੂਬਰ ਨੂੰ ਮੋਗੇ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਕਾਲਜ ਦੇ ਵਿੱਚ ਇਹ ਸੈਮੀਨਾਰ ਕੀਤੇ ਜਾਣੇ ਹਨ। ਔਰ ਇਹਨਾਂ ਸੈਮੀਨਾਰਾਂ ਵਿੱਚ ਵੀ ਤੁਸੀਂ ਸਾਡੀਆਂ ਸੰਗਤਾਂ ਨੇ ਅਤੇ ਦਮਦਮੀ ਟਕਸਾਲ ਨਾਲ ਸੰਬੰਧਿਤ ਵਿਦਵਾਨਾਂ ਨੇ ਔਰ ਗੁਣੀ ਜਨਾਂ ਨੇ ਅਤੇ ਸਾਰੀਆਂ ਸੰਗਤਾਂ ਨੇ ਤੁਸੀਂ ਹੁਕਮ ਹਵਾ ਕੇ ਜ਼ਰੂਰ ਦਰਸ਼ਨ ਦੇਣੇ ਆ, ਔਰ ਜ਼ਰੂਰ ਤੁਸੀਂ ਆ ਕਰਕੇ ਹਾਜ਼ਰੀਆਂ ਭਰਨੀਆਂ ਹਨ। ਸੋ ਇਹ ਬੇਨਤੀਆਂ ਆਪ ਜੀ ਨੇ ਜ਼ਰੂਰ ਪਰ ਜ਼ਰੂਰ ਪ੍ਰਵਾਨ ਕਰਨੀਆਂ ਸੰਗਤ ਜੀ। ਸੋ ਹੁਣ ਅਗਲਾ ਪ੍ਰੋਗਰਾਮ ਸਿੱਖ ਸਾਹਿਬ ਗਿਆਨੀ ਗੁਰਜੰਦ ਸਿੰਘ ਜੀ ਆਪ ਜੀ ਨੂੰ ਦੱਸਣਗੇ।
ਖਾਸ ਵੱਲੋਂ ਆਪ ਸਾਰੀ ਸੰਗਤ ਦਾ ਮਹਾਂਪੁਰਖਾਂ ਦਾ ਸਿੱਖ ਸਹਿਬਾਨਾਂ ਦਾ ਰੋਕ ਰੋਕ ਕਰਕੇ ਧੰਨਵਾਦ ਹੈ। ਉਹਨਾਂ ਚੱਕਾਂ ਗੁਰੂ ਮਹਾਰਾਜ ਗੁਰੂ ਦੀ ਸੰਗਤ ਨੇ ਕਿਵਾਂ ਕਰਨੀਆਂ। ਤਖ਼ਤ ਸਾਹਿਬ ਦੇ ਲੰਗਰ ਵਿੱਚ ਪ੍ਰਸ਼ਾਦਾ ਤਿਆਰ ਹੈ, ਸੰਗਤਾਂ ਨੂੰ ਕੜਾ ਪ੍ਰਸ਼ਾਦੀ ਦੇ ਲੈਣ ਤੋਂ ਉਪਰੰਤ ਲੰਗਰ ਛਕ ਕੇ ਫਿਰ ਆ ਕੇ ਦਿਮਾਗ ਵਿੱਚ ਤਖ਼ਤ ਸਾਹਿਬ ਆ ਕੇ ਸਜ ਜਾਣਾ। ਰਾਗੀ ਜੱਥੇ, ਢਾਡੀ ਜੱਥੇ, ਪ੍ਰਚਾਰਕ ਤੁਹਾਡੇ ਦਰਸ਼ਨ ਕਰਨਗੇ ਔਰ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਸਾਰੀਆਂ ਸੇਵਾਵਾਂ ਨਾਲ ਨਾਲ ਨਿਭਾਉਣਗੇ। ਸੋ ਸਾਰੀਆਂ ਸੰਗਤਾਂ ਦਾ ਫਿਰ ਰੋਕ ਰੋਕ ਕਰਕੇ ਧੰਨਵਾਦ। ਉਹ ਲੜ ਚੁੱਕਾ ਕਿਵਾਂ ਕਰਨੀਆਂ। ਸਾਧ ਸੰਗਤ ਜੀ, ਜਥੇਦਾਰ ਭਾਈ ਨਾਜਰ ਸਿੰਘ ਜੀ ਗੁਰਦੁਆਰਾ ਅਖੰਡ ਪ੍ਰਕਾਸ਼ ਭੰਡਲ ਕਲਾ ਤੋਂ ਪਹੁੰਚੇ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਮਹੱਤਵਪੂਰਨ ਅਚੇਚੇ ਤੌਰ 'ਤੇ ਆਏ ਹੈ। ਮੈਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਕਰਦਾ। ਫੁੱਲਾਂ ਚੁੱਕਾਂ ਕਿਵਾਂ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.